ਉਹ ਵੇਖੋ ਨਹੀਂ ਵੇਖੋ ਨਹੀਂ ਮੁੰਡਾ ਹੋ ਗਿਆ ਸ਼ਦਾਈ ਕਹਿੰਦਾ ਮੈਂ ਕਰੂੰਗਾ ਨਹੀਂ ਹਿਸਾਬ ਪਾਈ ਪਾਈ ਐਮੀ ਬਿਰਖੁਣਾ ਦੀ ਫਿਲਮ ਆ ਰਹੀ ਐ ਛੱਲੇ ਮੁੰਦੀਆਂ ਜੀ ਜੀ ਸੋ ਤੁਹਾਨੂੰ ਕਿਤਨਾ ਕਿਤੇ ਲੱਗਦਾ ਹੈ ਕਿ ਉਹ ਗਾਣਾ ਤੁਹਾਡੇ ਵਾਲਾ ਹੀ ਲਿਆ ਗਿਆ ਲੱਗਦਾ ਹੀ ਹੈ ਕਿ ਸੱਚਮੁੱਚ ਇਦਾਂ ਹੋ ਗਿਆ ਅੱਜ ਕੱਲ ਐਮੀ ਬਿਰਖ ਕੁਲਵਿੰਦਰ ਬਿੱਲਾ ਇਹਨਾਂ ਦੀ ਇੱਕ ਨਵੀਂ ਫਿਲਮ ਆ ਰਹੀ ਪੰਜਾਬੀ ਜੀ ਉਹਦੇ ਵਿੱਚ ਮੇਰਾ ਇਹਨਾਂ ਨੇ ਗੀਤ ਵੀ ਗਾਇਆ ਔਰ ਇਸ ਗੀਤ ਦਾ ਟਾਈਟਲ ਵੀ ਸੇਮ ਹੀ ਰੱਖਿਆ ਹੂੰ ਤੇ ਇਸ ਪ੍ਰੋਡੂਸਰ ਦੇ ਉੱਤੇ ਇਹਨਾਂ ਦੀ ਸਾਰੀ ਟੀਮ ਦੇ ਉੱਤੇ ਮੈਂ ਕਾਨੂੰਨੀ ਕਾਰਵਾਈ ਕਰਾਂਗਾ ਲੋਕਾਂ ਦੀ ਭੜੀ ਕਿਚਰੀ ਦੇ ਵਿੱਚ ਕੰਨਾ ਮੈਂ ਤੱਕਾ ਨਹੀਂ ਹੋਣ ਦਵਾਂਗਾ ਤੱਕਾ ਤੁਸੀਂ ਨਹੀਂ ਹੋਣ ਦੋਗੇ ਤੁਹਾਡੇ ਤੋਂ ਪਰਮਿਸ਼ਨ ਤੱਕ ਨਹੀਂ ਲਈ ਗਈ ਤੁਸੀਂ ਜਦੋਂ ਉਹਨਾਂ ਤੱਕ ਪਹੁੰਚ ਕੀਤੀ ਉਹਨਾਂ ਦਾ ਕੀ ਰਿਐਕਸ਼ਨ ਸੀ ਕਿ ਉਹ ਗਾਣਾ ਡਿਲੀਟ ਕਰ ਦੇਣਗੇ ਫਿਲਮ ਦੇ ਵਿੱਚੋਂ ਜਾਂ ਤੁਹਾਨੂੰ ਕ੍ਰੈਡਿਟ ਦੇਣਗੇ ਉਹਨਾਂ ਦਾ ਕੀ ਰਿਐਕਸ਼ਨ ਆ ਕਿ ਉਹ ਕੀ ਕਰੋਗੇ ਕੁਝ ਟਾਈਮ ਦੇ ਲਈ ਸੁਖਵਿੰਦਰ ਪੰਚੀ ਹੁਣਾ ਦੀ ਉਡਾਰੀ ਥੋੜੀ ਜਿਹੀ ਠੰਡੀ ਪਈ ਕਾਰਨ ਓ ਵੇਖੋ ਨੀ ਵੇਖੋ ਨੀ ਮੁੰਡਾ ਹੋ ਗਿਆ ਸ਼ਦਾਈ ਕਹਿੰਦਾ ਮੈਂ ਕਹਿਰੂੰਗਾ ਨੀ ਹਿਸਾਬ ਪਾਈ ਪਾਈ ਵੇਖੋ ਨੀ ਵੇਖੋ ਨੀ ਮੁੰਡਾ ਹੋ ਗਿਆ ਸ਼ਦਾਈ ਕਹਿੰਦਾ ਮੈਂ ਕਹਿਰੂੰਗਾ ਨੀ ਹਿਸਾਬ ਪਾਈ ਪਾਈ ਦੱਸੂਗਾ ਮੁਹੱਬਤਾਂ ਮੈਂ ਕਿੰਜੇ ਹੁੰਦੀਆਂ ਦਨ ਬੱਟੇ ਦੇਵੇ ਪੈੜਾ ਛੱਲੇ ਮੁੰਦੀਆਂ ਨੀ ਦੇਵੇ ਛੱਲੇ ਮੁੰਦੀਆਂ ਨੀ ਦੇਵੇ ਛੱਲੇ ਮੁੰਦੀਆਂ ਆਪ ਸ਼ਰੀ ਜਾ ਕੇ ਤੁੱਕ ਨੇ ਡੱਬ ਸਣਾ ਅਸਾਂ ਪੈੜਿਆ ਬੇਦੁਖ ਕਿਨੂੰ ਦੱਸਣਾ ਬੇਦੁਖ ਕਿਨੂੰ ਦੱਸਣਾ ਕਰੋ ਕਰੀ ਬੇਖ ਪੰਛੀ ਗੱਲਾਂ ਹੁੰਦੀਆਂ ਦਨ ਬੱਟੇ ਦੇਵੇ ਪੈੜਾ ਛੱਲੇ ਮੁੰਦੀਆਂ ਨੀ ਦੇਵੇ ਛੱਲੇ ਮੁੰਦੀਆਂ ਨੀ ਦੇਵੇ ਛੱਲੇ ਮੁੰਦੀਆਂ ਵਾਹ ਬਹੁਤ ਖੂਬ ਕੀ ਬਾਤ ਸਾਸ਼ਟਿਕਾਲ ਮੈਂ ਬਰਨ ਕਾਰਮਾਨ ਪ੍ਰੋਗਰਾਮ ਇੱਕ ਮੁਲਾਕਾਤ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਤੇ ਮੇਰੇ ਨਾਲ ਨੇ ਸੁਖਵਿੰਦਰ ਪੰਚੀ ਜੀ ਇਹ ਗਾਣਾ ਹੀ ਇਹਨਾਂ ਦੀ ਪਛਾਣ ਹੈ ਛੱਲੇ ਮੁੰਦੀਆਂ ਕਿਤੇ ਵੀ ਸਰਚ ਕਰ ਲੋ YouTube ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਜਿੱਦਾਂ ਛੱਲੇ ਮੁੰਦੀਆਂ ਭਰੋਗੇ ਸੁਖਵਿੰਦਰ ਪੰਚੀ ਹੋਣਾ ਦਾ ਨਾਮ ਸਭ ਤੋਂ ਪਹਿਲਾ ਆਏਗਾ ਸੁਖਵਿੰਦਰ ਪੰਚੀ ਭਰੋਗੇ ਛੱਲੇ ਮੁੰਦੀਆਂ ਗਾਣਾ ਸਭ ਤੋਂ ਪਹਿਲਾ ਆਏਗਾ ਸੋ ਇਹ ਗਾਣਾ ਇਹਨਾਂ ਦੀ ਪਛਾਣ ਬੜਿਆਂ ਔਰ ਇਸ ਗਾਣੇ ਦੇ ਨਾਲ ਹੀ ਹੋਈ ਹੈ ਅਸ਼ਤੇ ਪ੍ਰੋਗਰਾਮ ਦੀ ਸ਼ੁਰੂਆਤ ਬਹੁਤ-ਬਹੁਤ ਸਵਾਗਤ ਜੀ ਆਇਆਂ ਐ ਸਭ ਤੋਂ ਪਹਿਲਾਂ ਜੀ ਮੈਂ ਪੰਜਾਬ ਮੇਲ ਟੀਵੀ ਯੂਐਸਏ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਡੀ ਸਾਰੀ ਟੀਮ ਦਾ ਤੁਹਾਡੇ ਸਾਰੇ ਸਟਾਫ ਦਾ ਮੇਰੇ ਬਹੁਤ ਸਤਿਕਾਰਯੋਗ ਮੇਰੇ ਭਰਾ ਵੱਡੇ ਰਿਸਪੈਕਟਡ ਰੰਧਾਵਾ ਸਾਹਿਬ ਗੋਰਚੰਦਰ ਰੰਧਾਵਾ ਮੇਰੇ ਭਾਜੀ ਮੈਂ ਇਹਨਾਂ ਦਾ ਇਹਨਾਂ ਦੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਪੰਜਾਬ ਮੇਲ ਅਖਬਾਰ ਤੋਂ ਲੈ ਕੇ ਪੰਜਾਬ ਮੇਲ ਦੀ ਵੀ ਤੱਕ ਦਾ ਜਿਹੜਾ ਸਫਰ ਆ ਇਹ ਬਹੁਤ ਵਧੀਆ ਤੇ ਮੈਂ ਰੰਦਾਵਾ ਸਾਹਿਬ ਨੂੰ ਇਹਨਾਂ ਦੇ ਸਾਰੇ ਸਟਾਫ ਨੂੰ ਬਹੁਤ ਬਹੁਤ ਵਧਾਈ ਦਿਨਾ ਇਹਨਾਂ ਨੇ ਮੈਨੂੰ ਅੱਜ ਪ੍ਰੋਗਰਾਮ ਇੱਕ ਮੁਲਾਕਾਤ ਦੇ ਵਿੱਚ ਤੁਹਾਡੇ ਰੂਬਰੂ ਕਰਾਉਣ ਦਾ ਜਿਹੜਾ ਮੌਕਾ ਦਿੱਤਾ ਮੈਂ ਤੁਹਾਡਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਥੈਂਕ ਯੂ ਸਭ ਵੀ ਸ਼ੁਕਰਗੁਜ਼ਾਰ ਹਾਂ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਸਾਡਾ ਸਦਾ ਪਰਵਾਨ ਕੀਤਾ ਥੈਂਕ ਯੂ ਜੀ ਧੰਨਵਾਦ ਤੁਹਾਡਾ ਬਹੁਤ ਮਿਹਰਬਾਨੀ ਸ਼ੁਕਰ ਤੁਸੀਂ ਬੜਾ ਹੀ ਖੂਬਸੂਰਤ ਗਾਣਾ ਗਾਇਆ ਬੜਾਈ ਹਿੱਟ ਸੌਂਗ ਤੁਸੀਂ ਹੁਣੇ ਗਾ ਕੇ ਹਟਿਓ ਜੀ ਜੀ ਪਰ ਸ਼ਾਇਦ ਜਦੋਂ ਇਹ ਗਾਣਾ ਲਿਖਿਆ ਗਿਆ ਸੀ ਨਾ ਉਦੋਂ ਇਸ ਗਾਣੇ ਦੀ ਕਿਸਮਤ ਬਣ ਗਈ ਸੀ ਕਿ ਤੋ ਹਿੱਟ ਹੀ ਰਹਿਣਾ ਬਹੁਤ ਜੀ ਕੀ ਬਾਤ ਹੈ ਇੰਨੇ ਸਾਲਾਂ ਬਾਅਦ ਵੀ ਹਿੱਟ ਹੈ ਔਰ ਅੱਜ ਕੱਲ ਦੀ ਜਨਰੇਸ਼ਨ ਨੂੰ ਇਦਾਂ ਲੱਗਦਾ ਹੈ ਕਿ ਇਹ ਗਾਣਾ ਸ਼ਾਇਦ ਕਿਸੇ ਹੋਰ ਦਾ ਦਾ ਨੀ ਬਾਜਾ ਇਹਦਾ ਲੱਗਦਾ ਕਿ ਇਹਨੂੰ ਭਲੇਖਾ ਪੈਂਦਾ ਕਿਸੇ ਨੂੰ ਭਲੇਖਾ ਪੈਂਦਾ ਪਰ ਚਿਹਰਾ ਅਸਲੀ ਤੁਸੀਂ ਹੋ ਇਸ ਸਾਰੇ ਕਾਲੇ ਮਾਲੇ ਦੇ ਵਿੱਚ ਅੱਜਕੱਲ ਮੈਂ ਅਖਬਾਰਾਂ 'ਚ ਵੀ ਪੜਿਆ ਹੋਰ ਵੀ ਕਈ ਜਗ੍ਹਾ ਸੁਣਿਆ ਕਿ ਐਮੀ ਵਿਰਖ ਹੋਣਾ ਦੀ ਫਿਲਮ ਆ ਰਹੀ ਐ ਛੱਲੇ ਮੁੰਦੀਆਂ ਜੀ ਜੀ ਸੋ ਤੁਹਾਨੂੰ ਕਿਤਨਾ ਕਿਤੇ ਲੱਗਦਾ ਹੈ ਕਿ ਉਹ ਗਾਣਾ ਤੁਹਾਡੇ ਵਾਲਾ ਹੀ ਲਿਆ ਗਿਆ ਲੱਗਦਾ ਹੀ ਹੈ ਕਿ ਸੱਚਮੁੱਚ ਇਦਾਂ ਹੋ ਗਿਆ ਅ ਵਰਨ ਜੀ ਉਹ ਗਾਣਾ ਇਸ ਤਰ੍ਹਾਂ ਵੀ ਮੇਰਾ ਜਿਹੜਾ ਗੀਤ ਹੈ ਦਿਲ ਬੱਟੇ ਦੇਵੇ ਪੜਾ ਛੱਲੇ ਮੁੰਦੀਆਂ ਹੂੰ ਆਪਾਂ 1990 ਦੇ ਵਿੱਚ ਸੁਖਵਿੰਦਰ ਪੰਚੀ ਨੇ ਉਹ ਗੀਤ ਨੂੰ ਗਾਇਆ ਹੂੰ ਔਰ ਕੈਟਰ ਕੰਪਨੀ ਨੇ ਰਿਲੀਜ਼ ਕੀਤਾ ਮੈਂ ਉਸ ਗਾਣੇ ਦਾ ਪ੍ਰੋਡੂਸਰ ਹਾਂ ਹੂੰ ਮੇਰੇ ਗਾਣੇ ਦੇ ਰਾਈਟਰ ਮੇਰੇ ਵੱਡੇ ਭਾਜੀ ਸਰਦਾਰ ਸਿੰਘ ਬੋਲ ਸ਼ਾਹੀ ਭਾਜੀ ਜਿਹੜੇ ਕੈਨੇਡਾ ਰਹਿੰਦੇ ਆ ਉਹਨਾਂ ਦੇ ਕਾਪੀਰਾਈਟ ਜਿਹੜੇ ਆ 89 ਤੋਂ ਮੇਰੇ ਕੋਲ ਆ ਹੂੰ ਤੇ ਇਹ ਗੀਤ ਨੂੰ ਮੈਂ 31 ਸਾਲ ਤੋਂ ਵਾਖੂਬੀ ਨਾਲ ਸਟੇਜਾਂ ਤੇ ਗਾ ਰਿਹਾ ਜੀ ਇਸ ਗੀਤ ਨੇ ਮੇਰੀ ਪਛਾਣ ਬਣਾਈ ਮੈਨੂੰ ਦੁੱਖ ਇਸ ਗੱਲ ਦਾ ਅਫਸੋਸ ਇਸ ਗੱਲ ਦਾ ਹੋਇਆ ਕਿ ਅੱਜ ਕੱਲ ਦੇ ਜਿਹੜੇ ਨਵੇਂ ਕਲਾਕਾਰ ਆ ਹੂੰ ਉਹ ਜੇਦਾ ਮਰਜ਼ੀ ਚੱਕ ਕੇ ਗਾਣਾ ਗਾਉਂਦੇ ਆ ਜੇਦੀ ਮਰਜ਼ੀ ਲੈਣ ਲੈ ਲਈ ਜੇਦੀ ਮਰਜ਼ੀ ਕੰਪੋਜੀਸ਼ਨ ਲੈ ਲਈ ਵੀ ਯਾਨੀ ਕਿ ਕਹਿਣ ਦਾ ਭਾਵ ਕਿ ਗੁੰਡਾ ਸਟਾਈਲ ਧੱਕਾ ਕਰਦੇ ਆ ਕਲਾਕਾਰਾਂ ਨਾਲ ਜਿਹੜੇ ਪ੍ਰਾਣੇ ਕਲਾਕਾਰਾਂ ਨਾਲ ਧੱਕਾ ਕਰਦੇ ਆ ਕਿਉਂਕਿ ਸਾਡੀ ਮਿਹਨਤ ਆ ਮੈਂ 31 ਸਾਲ ਤੋਂ ਉਸ ਗਾਣੇ ਨੂੰ ਗਾ ਗਾ ਕੇ ਹਿੱਟ ਕੀਤਾ ਛੱਲੇ ਬੁੰਦੀਆਂ ਫਿਲਮ ਕੀਤਾ ਗਾਣੇ ਨੂੰ ਮੇਰੇ ਤੋਂ ਬਾਅਦ ਛੱਲੇ ਬੁੰਦੀਆਂ ਹੋਰ ਵੀ ਕਈ ਸੰਗਰ ਨਗਾਇਆ ਜੀ ਕੁਲਦੀਪ ਪਾਰਸ ਨੇ ਗਾਇਆ ਸੁਖਵਿੰਦਰ ਸੁਖੀ ਨੇ ਗਾਇਆ ਮਦਨ ਮੱਦੀ ਨੇ ਗਾਇਆ ਪਰ ਹਿੱਟ ਗੀਤ ਸੁਖਵਿੰਦਰ ਪੰਚੀ ਦਾ ਹੋਇਆ ਮੇਰੇ ਦੁਸ਼ਮਣ ਵੀ ਗਵਾਈ ਦੇਣਗੇ ਜਿਹੜੇ ਲੋਕ ਮੈਨੂੰ ਜਾਣਦੇ ਆ ਉਹਨਾਂ ਨੇ ਤਾਂ ਗਵਾਈ ਦੇਣੀ ਦੇਣੀ ਆ ਇਸ ਗੀਤ ਨੂੰ ਮੈਨੂੰ ਇਨਾ ਮਾਣ ਮਿਲਿਆ ਇਸ ਗੀਤੋਂ ਮੈਨੂੰ ਸਰੋਤਿਆਂ ਨੇ ਮਾਣ ਦਿੱਤਾ ਸੁਖਵਿੰਦਰ ਪੰਚੀ ਤੋਂ ਛੱਲੇ ਮੁੰਦੀਆਂ ਵਾਲਾ ਗਾਇਕ ਬਣਾਇਆ ਲੋਕਾਂ ਨੇ ਮੈਂ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜਕੱਲ ਐਮੀ ਬੈਰ ਕੁਲਵਿੰਦਰ ਬਿੱਲਾ ਇਹਨਾਂ ਦੀ ਇੱਕ ਨਵੀਂ ਫਿਲਮ ਆ ਰਹੀ ਪੰਜਾਬੀ ਉਹਦੇ ਵਿੱਚ ਮੇਰਾ ਇਹਨਾਂ ਨੇ ਗੀਤ ਵੀ ਗਾਇਆ ਔਰ ਇਸ ਗੀਤ ਦਾ ਟਾਈਟਲ ਵੀ ਸੇਮ ਹੀ ਰੱਖਿਆ ਤੇ ਇਸ ਪ੍ਰੋਡੂਸਰ ਦੇ ਉੱਤੇ ਇਹਨਾਂ ਦੀ ਸਾਰੀ ਟੀਮ ਦੇ ਉੱਤੇ ਮੈਂ ਕਾਨੂੰਨੀ ਕਾਰਵਾਈ ਕਰਾਂਗਾ ਹਮਮ ਔਰ ਮੈਂ ਬਹੁਤ ਕੋਸ਼ਿਸ਼ ਕਰ ਰਿਹਾ ਕਿ ਸਾਡਾ ਜਿਹੜਾ ਕੰਮ ਹੈ ਉਹ ਬਾਹਰ-ਬਾਰ ਨਿਭੜ ਜਵੇ ਤਾਂ ਚੰਗੀ ਗੱਲ ਹੈ ਮੈਂ ਨਹੀਂ ਚਾਹੁੰਦਾ ਮੈਂ ਕੋਰਟ ਕਚੈਰੀ ਜਾ ਮੈਂ ਇਸ ਮੁੱਦੇ ਨੂੰ ਜਾਦਾ ਹੋਰ ਹਾਈਲਾਈਟ ਇਹਨੂੰ ਕਰਾਂ ਮੈਂ ਨਹੀਂ ਚਾਹੁੰਦਾ ਤੇ ਜੇ ਕੋਈ ਕਿਸੇ ਦਾ ਗੀਤ ਚੱਕ ਕੇ ਜਾਂ ਕਿਸੇ ਨਾਲ ਧੱਕਾ ਕਰੇ ਤੇ ਮੈਂ ਲੋਕਾਂ ਦੀ ਭਰੀ ਕਚਹਿਰੀ ਦੇ ਵਿੱਚ ਕੰਨਾ ਮੈਂ ਤੱਕਾ ਨਹੀਂ ਹੋਣ ਦਵਾਂਗਾ ਤੱਕਾ ਕਿਦਾਂ ਦਾ ਮਤਲਬ ਤੁਹਾਡੇ ਤੋਂ ਪੁੱਛਿਆ ਹੀ ਨਹੀਂ ਉਹਨਾਂ ਨੇ ਤੁਹਾਡਾ ਗੀਤ ਗਾਉਣ ਤੋਂ ਪਹਿਲਾਂ ਬਿਲਕੁਲ ਨਹੀਂ ਬਿਲਕੁਲ ਨਹੀਂ ਪੁੱਛਿਆ ਕਈ ਹੋਰ 뮤ਜ਼ਿਕ ਡਾਇਰੈਕਟਰ ਬਗਾਰਾ ਜਾਂ ਹੋਰ ਕਈ ਉਹਨਾਂ ਨੂੰ ਕਹਿੰਦੇ ਵੀ ਸਾਡੇ ਕੋਲ ਕਾਪੀਰਾਈਟ ਆ ਮੈਂ ਇਹ ਲੋਕਾਂ ਨੂੰ ਦੱਸਣਾ ਚਾਹਨਾ ਕਾਪੀਰਾਈਟ ਜਾਂ ਪ੍ਰੋਡਿਊਸਰ ਕੋਲ ਹੁੰਦੇ ਆ ਜਾਂ ਕੰਪਨੀ ਕੋਲ ਹੁੰਦੇ ਆ ਜਾਂ ਰਾਈਟਰ ਕੋਲ ਹੁੰਦੇ ਆ ਤੀਜੇ ਬੰਦੇ ਚੌਥੇ ਬੰਦੇ ਕੋਈ ਕੋਈ ਕਾਪੀਰਾਈਟ ਨਹੀਂ ਹੁੰਦੇ 뮤ਜ਼ਿਕ ਡਾਇਰੈਕਟਰ ਦਾ ਕੰਮ ਹੁੰਦਾ 뮤ਜ਼ਿਕ ਡਾਇਰੈਕਟਰ ਆਪਣਾ 뮤ਜ਼ਿਕ ਦਿੰਦਾ ਸਾਡੇ ਕੋਲੋਂ ਪੈਸੇ ਲੈਂਦਾ ਉਹਦਾ ਜਿਹੜਾ ਖੇਲ ਉਹ ਸਟੂਡੀਓ ਚ ਖਤਮ ਹੋ ਜਾਂਦਾ ਹੈ ਜੀ ਠੀਕ ਹੈ ਨਹੀਂ ਜਾਂ ਤਾਂ ਸਾਡੇ ਤੇ ਕਿਸੇ 뮤직 ਡਾਇਰੈਕਟਰ ਨੇ ਪੈਸੇ ਲਾਏ ਹੋਣ ਜਾਂ ਕਿਸੇ ਨੇ ਸਾਨੂੰ ਲਾਂਚ ਕੀਤਾ ਹੋਵੇ ਜਾਂ ਕਿਸੇ ਨੇ ਪ੍ਰਮੋਟ ਕੀਤਾ ਹੋਵੇ ਤੇ ਇਸ ਕਰਕੇ ਵੀ ਜੇ ਕੋਈ ਨਜਾਇਜ਼ ਕਹੀ ਜਾਵੇ ਕਾਪੀਰਾਈਟ ਮੇਰੇ ਕੋਲ ਆ ਜੇ ਉਹਨਾਂ ਕੋਲ ਕਾਪੀਰਾਈਟ ਹੈ ਕਿ ਫਿਰ ਉਹਨਾਂ ਨੂੰ ਸਾਡੇ ਨਾਲ ਗੱਲ ਕਰਨ ਦੀ ਲੋੜ ਨਹੀਂ ਫਿਰ ਅਸੀਂ ਕੋਰਟ ਚ ਮਿਲਾਂਗੇ ਜੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਤੁਹਾਡਾ ਗਾਣਾ ਫਿਲਮ ਚ ਪਾ ਦਿੱਤਾ ਟ੍ਰੇਲਰ ਆਉਣ ਤੋਂ ਬਾਅਦ ਜਾਂ ਫਿਰ ਸ਼ੂਟਿੰਗ ਦੇ ਦੌਰਾਨ ਪਤਾ ਲੱਗਿਆ ਤੁਹਾਡੇ ਤਾਂ ਇਹ ਖਬਰ ਪਹੁੰਚੀ ਕਿੱਦਾਂ ਐ 9 ਸਾਲ ਪਹਿਲਾਂ ਸਾਨੂੰ ਦੱਸਿਆ ਕਿਸੇ ਨੇ ਪਟਿਆਲੇ ਦੇ ਨੇੜੇ ਤੇ ਜਿਹੜੇ ਸ਼ੂਟਿੰਗ ਚੱਲਦੀ ਹੈ ਛੱਲੇ ਮੁੰਡਿਆਂ ਦੀ ਮੈਂ ਕਿਹਾ ਕੋਈ ਨਹੀਂ ਜੀ ਇਹ ਸ਼ੂਟਿੰਗ ਕਰ ਲੈਣ ਦੋ ਉਹਨਾਂ ਨੂੰ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਆਪਾਂ ਕੋਸ਼ਿਸ਼ ਕਰਾਂਗੇ ਮੈਂ ਕਿਹਾ ਵੀ ਜੇ ਉਹ ਸਾਡੇ ਨਾਲ ਕੰਪਰੋਮਾਈਜ਼ ਕਰਦੇ ਆ ਜਾਂ ਸਾਡੇ ਨਾਲ ਗੱਲਬਾਤ ਕਰਦੇ ਆ ਤੇ ਕੋਈ ਗੱਲ ਨਹੀਂ ਅਸੀਂ ਕਹਦੇ ਆਂ ਕਿ ਕੋ ਗਾ ਦੋ ਕੋਈ ਗੱਲ ਨਹੀਂ ਜੇ ਹੁਣ ਬਿਨਾਂ ਪੁੱਛੇ ਕਿਸੇ ਦੀ ਚੀਜ਼ ਨੂੰ ਚੱਕ ਲੈਣਾ ਸ਼ਰਿਆਮ ਉਹ ਤਾਂ ਫੇਰ ਤੱਕਾ ਹੁੰਦਾ ਨਾ ਪਰ ਤੱਕਾ ਨਹੀਂ ਮੈਂ ਹੁਣ ਦਊਂਗਾ ਹਾਂ ਤੱਕਾ ਤੁਸੀਂ ਨਹੀਂ ਹੋਣ ਦੋਗੇ ਤੁਹਾਡੇ ਤੋਂ ਪਰਮਿਸ਼ਨ ਤੱਕ ਨਹੀਂ ਲਈ ਗਈ ਜਦੋਂ ਹੁਣ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਫਿਰ ਬਾਅਦ ਵਿੱਚ ਕਾਨੂੰਨ ਦਾ ਸਹਾਰਾ ਲਓਗੇ ੱਲੇ ਵਿੱਚ ਮਤਲਬ ਕਿ ਪਾਏ ਜਾ ਰਹੇ ਆ ਬੰਦੇ ਕੀ ਤੁਹਾਡਾ ਇਸ ਮਸਲਾ ਸੋਲਵ ਕੀਤਾ ਜਾਵੇ ਹਨਾ ਤੁਸੀਂ ਜਦੋਂ ਉਹਨਾਂ ਤੱਕ ਪਹੁੰਚ ਕੀਤੀ ਉਹਨਾਂ ਦਾ ਕੀ ਰਿਐਕਸ਼ਨ ਸੀ ਕਿ ਉਹ ਗਾਣਾ ਡਿਲੀਟ ਕਰ ਦੇਣਗੇ ਫਿਲਮ ਦੇ ਵਿੱਚੋਂ ਜਾਂ ਤੁਹਾਨੂੰ ਕ੍ਰੈਡਿਟ ਦੇਣਗੇ ਉਹਨਾਂ ਦਾ ਕੀ ਰਿਐਕਸ਼ਨ ਆ ਕਿ ਉਹ ਕੀ ਕਰੋਗੇ ਹੁਣ ਦੇਖੋ ਇਹ ਤਾਂ ਹੁਣ ਉਹਨਾਂ ਦੇ ਹੱਥ ਪਾਸ ਆ ਹਮ ਛੱਲੇ ਮੰਦੀਆਂ ਟਾਈਟਲ ਹੇਠ ਨਾ ਤਾਂ ਮੈਂ ਫਿਲਮ ਆਉਣ ਦਊਂਗਾ ਹਮ ਨਾ ਉਹ ਫਿਲਮ ਦੇ ਵਿੱਚ ਮੈਂ ਇਹ ਗਾਣਾ ਪਾਉਣ ਦਊਂਗਾ ਹਮ ਉਹ ਗਾਣਾ ਕੱਢ ਦੇਣਾ ਟਾਈਟਲ ਚੇਂਜ ਕਰ ਲੈਣ ਸਾਨੂੰ ਕੋਈ ਓਬਜੈਕਸ਼ਨ ਨਹੀਂ ਕੋਈ ਇਤਰਾਜ਼ ਨਹੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਕੋਈ ਫਿਰ ਤੁਹਾਨੂੰ ਕੋਈ ਦਿੱਕਤ ਨਹੀਂ ਹੈ ਸਾਨੂੰ ਕੋਈ ਦਿੱਕਤ ਨਹੀਂ ਹੈ ਹਮਮ ਦੇਖੋ ਇਹ ਮਾਮਲਾ ਤਾਂ ਹੈ ਕਿਉਂਕਿ ਗਾਇਕ ਉਸੂਲਨ ਤੌਰ ਤੇ ਦਏਗਾ ਕਿਉਂਕਿ ਜਿਹੜਾ ਗਾਇਕ ਹੁੰਦਾ ਨਾ ਜਾਂ ਲੇਖਕ ਹੁੰਦਾ ਉਸ ਦੀ ਜਿਹੜੀ ਲੇਖਣੀ ਹੁੰਦੀ ਹੈ ਉਸ ਦੀ ਜਿਹੜੀ ਚੀਜ਼ ਹੁੰਦੀ ਹੈ ਸਾਹਿਤ ਨੂੰ ਲੋਕ ਬੱਚਿਆਂ ਵਾਂਗ ਸਮਝਦੇ ਨੇ ਕਿ ਮੇਰੀ ਲਿਖੀ ਹੋਈ ਕਲਪਨਾ ਹੈ ਮੇਰੀ ਭਾਵਨਾयां ਜੀ ਤੇ ਭਾਵਨਾ ਦੀ ਗੱਲ ਚੱਲਦੀ ਹੈ ਤੁਹਾਡੀ ਭਾਵਨਾ ਕਿੱਦਾਂ ਬਣੀ ਸੀ ਕਿ ਤੁਸੀਂ ਗਾਣੇ ਕੋਣ ਸ਼ੁਰੂ ਕਰੋਗੇ ਮੈਂ ਜਦੋਂ ਛੋਟਾ ਹੁੰਦਾ ਸੀ ਅਸੀਂ ਇੱਕ ਛੋਟੀ ਜੀ ਫੈਮਿਲੀ ਚੋਂ ਬਿਲੋਂਗ ਕਰਦੇ ਹਾਂ ਹੂੰ ਤੇ ਇੱਕ ਬਹੁਤ ਛੋਟਾ ਜਿਹਾ ਪਰਿਵਾਰ ਚੋਂ ਮੈਂ ਪੈਦਾ ਹੋਇਆ ਹੂੰ ਤੇ ਮੈਂ ਮਿਹਨਤ ਕਰਕੇ ਜਾਂ ਜਿਹੜੇ ਪੁਰਾਣੇ ਸਾਡੇ ਬਹੁਤ ਸੀਨੀਅਰ ਆਰਟਿਸਟ ਉਹਨਾਂ ਦੇ ਜਦੋਂ ਗੀਤ ਵਜਦੇ ਹੁੰਦੇ ਬਨੇਰਿਆਂ ਦੇ ਉੱਤੇ ਹੂੰ ਤੇ ਉਹ ਜਦੋਂ ਅਸੀਂ ਪਹੂਚਾਰ ਦੇ ਸੁਣਦੇ ਹੁੰਦੇ ਸੀ ਤਾਂ ਉਹ ਸਾਨੂੰ ਚੰਗਾ ਲੱਗਦਾ ਸੀ ਵੀ ਗਾਣੇ ਵੱਜਦੇ ਲੋਕਾਂ ਦੇ ਵੀ ਇਹ ਗਾਣੇ ਕਿੱਥੇ ਰਿਕਾਰਡ ਹੁੰਦੇ ਹੋਣਗੇ ਇਹਨਾਂ ਨੂੰ ਕੌਣ गा ਰਿਹਾ ਆ ਕਿਉਂਕਿ ਕਈ ਵਾਰੀ ਰਿਕਾਰਡਾਂ ਦੇ ਉੱਤੇ ਪੁਰਾਣੇ ਸੰਗਰਾਂ ਦੀਆਂ ਫੋਟੋ ਵੀ ਨਹੀਂ ਹੁੰਦੀਆਂ ਸੀ ਬਿਲਕੁਲ ਤੇ ਅੱਜ ਕੱਲ ਤਾਂ ਸੋਸ਼ਲ ਮੀਡੀਆ ਅੱਜ ਕੱਲ ਤਾਂ ਹੁਣੇ ਹੀ ਬੰਦਾ ਕੋਈ ਕੰਮ ਕਰਦਾ ਹੁਣੇ ਲੋਕਾਂ ਚ ਉਹਨੂੰ ਲਾਂਚ ਕਰ ਦਿੰਦਾ ਪਛਾਣ ਦਿੰਦਾ ਲੋਕਾਂ ਤੱਕ ਗੱਲ ਪਹੁੰਚ ਜਾਂਦੀ ਆ ਉਸ ਵੇਲੇ ਗੱਲ ਨੂੰ ਪਹੁੰਚਾਉਣਾ ਬਹੁਤ ਮੁਸ਼ਕਲ ਹੁੰਦਾ ਸੀ ਤੇ ਉਹ ਜਿਹੜੇ ਕਲਾਕਾਰ ਜਦੋਂ ਪੁਰਾਣੇ ਸੀਨੀਅਰ ਗਾਉਂਦੇ ਸੀ ਤਾਂ ਮੈਂ ਸ਼੍ਰੀ ਕੁਲਦੀਪ ਮਾਨਕ ਜੀ ਤੋਂ ਜ਼ਿਆਦਾ ਪ੍ਰਭਾਵਿਤ ਤੇ ਮੈਂ ਛੋਟਾ ਹੁੰਦਾ ਸ਼੍ਰੀ ਗੁਰਦੀਪ ਮਾਨ ਕੀ ਦੇ ਗਾਣੇ ਗਾਉਂਦਾ ਹੁੰਦਾ ਸੀ ਤੇ ਮੇਰੇ ਪਿੰਡ ਦੇ ਲੋਕਾਂ ਨੇ ਜਦੋਂ ਮੈਂ ਛੋਟਾ ਜਿਹਾ ਹੁੰਦਾ ਤਾਂ ਮੈਨੂੰ ਕਿਸੇ ਨੂੰ ਉੱਥੇ ਫੜ ਕੇ ਲਾ ਲੈਣਾ ਗਾਉਣ ਕਿਸੇ ਨੂੰ ਉੱਥੇ ਫੜ ਕੇ ਲਾ ਲੈਣਾ ਗਾਉਣ ਫੇ ਬਾਲ ਸਭਾ ਚ ਵੀ ਗਾਉਂਦੇ ਹੁਣੇ ਉਹ ਹਾਂਜੀ ਸਕੂਲੇ ਵੀ ਅਸੀਂ ਗਾਉਂਦੇ ਰਏ ਤੇ ਮਾਸਟਰ ਸਾਡੇ ਬਹੁਤ ਸਤਿਕਾਰਯੋਗ ਸਾਡਾ ਸਟਾਫ ਬਹੁਤ ਵਧੀਆ ਸੀਗਾ ਸਾਡੇ ਪਿੰਡ ਦੇ ਸਕੂਲ ਦਾ ਜੀ ਤੇ ਉਹਨਾਂ ਨੇ ਮੈਨੂੰ ਗਾਣੇ ਗੋਣੇ ਗਾ ਕੇ ਦਾ ਪਾਸ ਕਰ ਦੇਣਾ ਮੈਨੂੰ ਮਾਟਰਾਂ ਨਾਲ ਲਾਈ ਰੱਖਣਾ ਭੈਣ ਜੀ ਨਾਲ ਗਾਣੇ ਲਾਈ ਰੱਖਣਾ ਉਹਨਾਂ ਨੇ ਮੈਨੂੰ ਕਹੀ ਜਾਣਾ ਵੀ ਤੂੰ ਇੱਕ ਦਿਨ ਕਲਾਕਾਰ ਬਣੂਗਾ ਮੈਂ ਕਹਿੰਦਾ ਉਹਦਾ ਪੰਪ ਦੇਈ ਜਾਂਦੇ ਛੋਟੇ ਹੈ ਵੀ ਗਾਣੇ ਉਹਨਾਂ ਦੇ ਮਾਰੇ ਦੇਈ ਜਾਂਦੇ ਆ ਕਈ ਵਾਰੀ ਉਹਨਾਂ ਰੁਪਈਆ ਦੇ ਦੇਣਾ ਮੈਨੂੰ ਕਈ ਵਾਰ 2 ਰੁਪਈਆ ਦੇਣ ਉਸ ਵੇਲੇ 1-2 ਰੁਪਈਆ ਬਹੁਤ ਹੁੰਦੇ ਸੀਗੇ ਤੇ ਫਿਰ ਹੌਲੀ ਹੌਲੀ ਜੀ ਮੈਂ ਨਾ ਇੱਕ ਕਿਤਾਬ ਲੈ ਕੇ ਆਇਆ ਇੱਕ ਮੇਲੇ ਚੋਂ ਕੁਲਦੀ ਮਾਨਕ ਦੀ ਵੀ ਉਹਦੇ ਵਿੱਚ ਸਾਰੇ ਜਿਹੜੇ ਗਾਣੇ ਸੀ ਇਹਨਾਂ ਦੇ ਰਿਕਾਰਡ ਹੋਏ ਉਹ ਤਾਂ ਕਿਤਾਬ ਦੇ ਵਿੱਚ ਛਪੇ ਸੀਗੇ ਤੇ ਉਹ ਮੈਂ ਸਾਰੇ ਗਾਣੇ ਯਾਦ ਕਰ ਲਏ ਜੀ ਉਹ ਮੈਂ ਕਿਤਾਬ ਪੜ੍ਹ ਕੇ ਗਾਈ ਜਾਨੇ ਸਾਰਾ ਦਿਨ ਤੇ ਉਹ ਕਈ ਲੋਕਾਂ ਨੇ ਟੇਪਾਂ ਦੇ ਵਿੱਚ ਭਰੌਣੇ ਵੀ ਮੇਰੇ ਕੋਲ ਪਿੰਡ ਦੇ ਸਾਡੇ ਲੋਕਾਂ ਨੇ ਨਾ ਕਈ ਵਾਰੀ ਉਹ ਜਮਾਨਾ ਹੁੰਦਾ ਸੀਗਾ ਵੀ ਦबई ਗਿਆ ਮਾਸਕਟ ਗਿਆ ਕੋਈ ਬਹਿਰੀਨ ਗਿਆ ਕੋਈ ਨਾ ਮੁਲਕਾਂ ਦੇ ਅਰਬ ਕੰਟਰੀਸ ਤੋਂ ਜ਼ਿਆਦਾ ਜਨ ਹਾਂ ਉਹਨਾਂ ਨੇ ਟੇਪ ਰਿਕਾਰਡ ਜ਼ਰੂਰ ਲੈ ਕੇ ਆਉਣੀ ਜੀ 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 ਉਹ ਜਿੰਨ ਟੇਪ ਰਿਕਾਰਡ ਲੈ ਕੇ ਆਉਣੀ ਤੇ ਉਹਨਾਂ ਨੇ ਕਹਿਣਾ ਯਾਰ ਉਹ ਮੁੰਡੇ ਦੇ ਗਾਣੇ ਪੜਾਉਣੇ ਆ ਸੀ ਤੇ ਸਾਨੂੰ ਬੜਾ ਸ਼ੌਕ ਹੁੰਦਾ ਸੀਗਾ ਵਾਹ ਕਿਆ ਬਾਤ ਹੈ ਤੋ ਪੂਰੇ 8 ਦੇ 8 ਗਾਣੇ ਪਰ ਦੇਨੇ ਮੈਂ ਮਤਲਬ ਸਿੰਗਰ ਬਣਨ ਤੋਂ ਪਹਿਲਾਂ ਤੁਸੀਂ ਬਾਕੀ ਸਿੰਗਰਾਂ ਦੇ ਗਾਣੇ ਰਿਕਾਰਡ ਕਰਦੇ ਰਹੇ ਹੋ ਉਹ ਟੇਪਾਂ ਦੇ ਵਿੱਚ ਗਾਣੇ ਪਰ ਦੇਨੇ ਤੇ ਉਹ ਲੋਕਾਂ ਨੇ ਜਦੋਂ ਵਾਰ-ਵਾਰ ਸਾਨੂੰ ਸੁਣਾਉਂਦੇ ਸਾਨੂੰ ਬੜਾ ਚੰਗਾ ਲੱਗਣਾ ਮਗਣਾ ਮੇਰੇ ਗਾਣੇ ਰਿਕਾਰਡ ਕੀਤੇ ਆ ਸੁਨਾਈ ਸੁਨਾਈਸ ਹਾਂਜੀ ਹੁਣ ਹੈਨਾ ਪਤਾ ਕੀ ਹੋ ਗਿਆ ਬਹੁਤ سارے ਗਾਣੇ ਇਦਾਂ ਦੇ ਆ ਜਿਹੜੇ ਕੁਝ ਸਿੰਗਰ ਗਾਉਂਦੇ ਆ ਪਰ ਉਹ ਸਾਡੇ ਪੰਜਾਬ ਦੇ ਲੋਕ ਗਾਇਕਾਂ ਦੇ ਗਾਣੇ ਆ ਚਾਹੇ ਉਹ ਬਾਲੀਵੁੱਡ ਵਿੱਚ ਵੀ ਗਾ ਰਹੇ ਨੇ ਚਾਹੇ ਉਹ ਪੰਜਾਬ ਦੇ ਵਿੱਚ ਵੀ ਰੀਮਿਕਸ ਕਰਕੇ ਆ ਰਹੇ ਨੇ ਮੈਨੂੰ ਪਤਾ ਹੈ ਪਰ ਮੇਰੇ ਨਾਲ ਦੇ ਕਈ ਮੁੰਡੇ ਕੁੜੀਆਂ ਨੂੰ ਮੇਰੀ ਉਮਰ ਦੇਆਂ ਨੂੰ ਹੀ ਨਹੀਂ ਪਤਾ ਕਿ ਅਸਲ ਦੇ ਵਿੱਚ ਉਹਨਾਂ ਗਾਣਿਆਂ ਦੀ ਆਵਾਜ਼ ਕੌਣ ਹੈ ਤੇ ਹੁਣ ਜਿਹੜੇ ਗਾਂ ਸਾਡੇ ਤੋਂ ਛੋਟੇ ਬੱਚੇ ਨੇ ਉਹਨਾਂ ਨੂੰ ਤਾਂ ਬਿਲਕੁਲ ਹੀ ਨਹੀਂ ਪਤਾ ਕਿ ਇਹਨਾਂ ਦੇ ਪਿੱਛੇ ਅਸਲੀਅਤ ਕੌਣਾ ਹਾਂਜੀ ਹਾਂਜੀ ਕਿਸੇ ਨੇ ਉਸ ਗਾਣੇ ਨੂੰ ਲਿਖਿਆ ਠੀਕ ਆ ਕਿਸੇ ਨੇ ਉਸ ਗਾਣੇ ਨੂੰ ਜਨਮ ਦਿੱਤਾ ਜੀ ਉਹਦੀ ਜਵਾਨੀ ਨੂੰ ਹੰਡਾਇਆ ਪਰ ਦੁਬਾਰਾ ਤੋਂ ਉਹਨਾਂ ਗਾਣਿਆਂ ਨੂੰ ਆਪਣਾ ਨਾਮ ਦੇ ਦੇ ਕੇ ਗਾਈ ਜਾਣਾ ਮਤਲਬ ਤੁਹਾਨੂੰ ਕੀ ਲੱਗਦਾ ਕਿ ਗਾਉਣੇ ਚਾਹੀਦੇ ਆ ਪਰ ਇੱਕ ਪਰਮਿਸ਼ਨ ਨਾਲ ਗਾਉਣੇ ਚਾਹੀਦੇ ਆ ਜਾਂ ਗਾਉਣੇ ਨਹੀਂ ਚਾਹੀਦੇ ਵਰਨ ਜੀ ਜੇ ਤੁਸੀਂ ਸੀਨੀਅਰ ਜਿਹੜੇ ਕਲਾਕਾਰ ਆ ਜੇ ਉਹਨਾਂ ਦਾ ਸਤਿਕਾਰ ਨਹੀਂ ਕਰਦੇ ਜਾਂ ਉਹਨਾਂ ਨੂੰ ਬਣਦਾ ਮਾਣ ਨਹੀਂ ਦਿੰਦੇ ਤੇ ਉਹਨਾਂ ਦੇ ਦਿਲ ਤੇ ਇੱਕ ਸੱਟ ਵੱਜਦੀ ਆ ਸਾਨੂੰ ਸਮਝਦੇ ਉਹਨਾਂ ਦਾ ਮਾਣ ਦੇ ਨਾਲ ਨਾਂ ਲੈਣਾ ਚਾਹੀਦਾ ਵੀ ਆ ਜਿਹੜਾ ਗੀਤ ਆ ਮੈਂ ਫਲਾਣੇ ਸਿੰਗਰ ਦਾ ਆ ਮੈਸਡੇ ਤੇ ਗਾ ਰਿਹਾ ਮੈਨੂੰ ਬਹੁਤ ਚੰਗਾ ਲੱਗਦਾ ਆ ਤੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਦਾ ਇੰਨੀ ਦੇਰ ਪੁਰਾਣਾ ਗੀਤ ਆ ਔਰ ਮੈਨੂੰ ਅੱਜ ਪਸੰਦ ਆ ਹੋ ਸਕਦਾ ਇਹ ਗੀਤ ਜਿਹੜੇ ਆਉਣ ਵਾਲੇ ਬੱਚੇ ਉਹਨਾਂ ਨੂੰ ਵੀ ਪਸੰਦ ਹੋਵੇ ਇੱਕ ਤਾਂ ਉਹਨਾਂ ਨੂੰ ਮਾਣ ਮਿਲ ਗਿਆ ਸਤਿਕਾਰ ਮਿਲ ਗਿਆ ਇੱਕ ਲੋਕਾਂ ਨੂੰ ਇਹ ਪਤਾ ਲੱਗ ਜਵੇ ਕਿ ਫਲਾਣੇ ਸਿੰਗਰ ਦਾ ਗੀਤ ਆ ਜੇ ਹੁਣ ਮੇਰੇ ਉਸਤਾਦ ਜੀ ਅਸ਼ਰੀ ਕੁਲਦੀ ਮੜਕ ਜੀ ਮੈਂ ਉਹਨਾਂ ਦੇ ਕੋ ਗਾਣੇ ਸਟੇਜ ਤੇ ਗਾਉਣਾ ਮੈਂ ਪਹਿਲਾਂ ਉਹਨਾਂ ਦਾ ਨਾਂ ਲੈਣਾ ਬੀ ਕਿੰਨੇ ਗਾਣਾ ਲਿਖਿਆ ਕਿਹੜੀ ਕੰਪਨੀ ਤੋਂ ਲਈ ਜੋਇਆ ਔਰ ਕਿਹੜੇ ਸਿੰਗਰ ਦਾ ਗੀਤ ਹੈ ਕਿਉਂਕਿ ਮੈਂ ਗਾਣੇ ਗਾਉਣਾ ਸਿਰਫ ਆਪਣੇ ਜੇ ਮੈਂ ਲੋੜ ਪਵੇ ਤਾਂ ਸ਼੍ਰੀ ਕੁਲਦੀਪ ਮਾਨ ਕੀ ਦੇ ਗਾਣੇ ਗਾਉਣਾ ਮੈਂ ਹੋਰ ਕਿਸੇ ਗਾਇਕ ਅਲਾਕਾਰ ਦੇ ਗੀਤ ਨਹੀਂ ਗਾਉਂਦਾ ਜਿੱਦਾਂ ਅੱਜ ਕੱਲ ਦੇ ਗਾਉਣ ਵਾਲੇ ਇੱਕ ਗੀਤ ਰਿਕਾਰਡ ਹੋ ਗਿਆ 20 ਗਾਣੇ ਹੋਰ ਕਿਸੇ ਦੇ ਗਾਤੇ 5-6 ਲੱਖ ਰੁਪਏ ਸਟੇਜ ਤੇ ਲੈ ਲਿਆ ਉਹ ਨਹੀਂ ਤੁਸੀਂ ਆਪਣੀ ਮਿਹਨਤ ਦਾ ਮੁੱਲ ਲਓ ਤੁਹਾਡੀ ਮਿਹਨਤ ਜਿਹੜੀ ਆ ਤੁਸੀਂ ਇੱਕ ਗਾਣੇ ਤੇ ਮਿਹਨਤ ਕੀਤੀ ਆ ਤੁਸੀਂ ਬਾਕੀ ਸਪੋਰਟ ਲੈ ਰਹੇ ਹੋ ਲੋਕਾਂ ਦੇ ਗਾਣਿਆਂ ਦੀ ਜਿੱਦਾਂ ਹੁਣ ਕਈ ਵੱਡੇ ਸਟਾਰ ਮੇਰੇ ਗਾਣੇ ਗਾਉਂਦੇ ਆ ਮਨਉੱਚਤਾ ਕਮਾਨ ਹੈ ਕਿ ਜਿਹੜਾ ਮੇਰਾ ਛੱਲੇ ਮੁੰਦਿਆਂ ਗੀਤ ਆ ਹੂੰ ਉਹ ਦਿਲਜੀਤ ਦਸਾਂਝ ਵੀ ਗਾਉਂਦਾ ਸਟੇਜਾਂ ਤੇ ਜੀ ਹੁਣ ਤੁਹਾਨੂੰ ਚੰਗਾ ਨਹੀਂ ਲੱਗਦਾ ਮੈਂ ਉਹ ਹਣੀ ਸੰਗ ਵੀ ਗਾਉਂਦਾ ਆ ਹੂੰ ਜੇ ਉਹਨਾਂ ਨੂੰ ਚੰਗਾ ਲੱਗਦਾ ਤੇ ਮੇਰਾ ਗੀਤ ਗਾਉਂਦੇ ਨਾ ਹੂੰ ਮੇਰੇ ਕੋਲ ਰਿਕਾਰਡਿੰਗਾਂ ਵੀ ਪਈਆਂ ਇਹ ਨਹੀਂ ਕਿ ਮੈਂ ਝੂਠ ਬੋਲਦਾ ਨਾ ਮੈਂ ਕਹਿ ਕੇ ਚੱਲ ਜਾਊਂਗਾ ਉਹ ਵੀ ਮੇਰੇ ਭਰਾ ਯਾ ਛੋਟੇ ਹੂੰ ਪਰ ਦੁੱਖ ਇਸ ਗੱਲ ਦਾ ਹੁੰਦਾ ਜਦੋਂ ਉਹ ਕਿਸੇ ਦਾ ਨਾਂ ਨਹੀਂ ਲੈਂਦੇ ਸਟੇਜਾਂ ਤੇ ਹੂੰ ਉਸ ਕਹਿੰਦੇ ਵੀ ਸਾਡੇ ਆਪਣੇ ਗਾਣੇ ਆ ਉਹਨਾਂ ਦੇ ਆਪਣੇ ਨਹੀਂ ਜਿਹੜਾ ਬੰਬੇ ਦਿੱਲੀ ਕਿਤੇ ਹੋਰ ਸ਼ੋਅ ਕਰਨ ਗਿਆ ਕਲਕੱਤੇ ਕਲਕੁੱਤੇ ਆਲ ਸਾਨੂੰ ਚੱਲ ਹੋ ਸਕਦਾ ਨਾ ਜਾਣਦੇ ਹੁਣ ਉਧਰ ਦੇ ਲੋਕ ਉਹ ਸਾਡੇ ਪੰਜਾਬੀ ਸਾਡੇ ਛੋਟੇ ਵੀਰ ਆ ਪੰਜਾਬੀ ਨੂੰ ਪ੍ਰਮੋਟ ਕਰ ਰਹੇ ਜਾਂ ਕਿਸੇ ਬਹਾਨੇ ਕਰ ਰਹੇ ਅਸੀਂ ਇਹ ਨਹੀਂ ਕਹਿੰਦੇ ਮਾੜਿਆ ਬਹੁਤ ਵਧੀਆ ਪਰ ਉਹ ਜੇ ਸਟੇਜ ਤੇ ਗਾਣੇ ਗਾਉਂਦੇ ਆ ਉਹਨਾਂ ਨੂੰ ਸਾਡਾ ਨਾਂ ਲੈਣਾ ਚਾਹੀਦਾ ਵੀ ਆਹ ਜਿਹੜਾ ਗੀਤ ਹੈ ਫਲਾਣੇ ਸਿੰਗਰ ਦਾ ਮੈਂ ਗਾ ਰਿਹਾ ਮੈਨੂੰ ਚੰਗਾ ਲੱਗਦਾ ਇਸ ਕਰਕੇ ਮੰਨ ਦੇਣਾ ਚਾਹੀਦਾ YouTube ਤੇ ਉੱਤੇ ਤਾਂ ਆਮ ਜੀ ਗੱਲ ਹੋ ਗਈ ਆ ਕੋਈ ਜਿੱਦਾਂ ਹੁਣ ਗਾਣਾ ਭਰਿਆ ਨਹੀਂ ਇੱਕ ਮੇਰੀ ਅੱਖ ਕਾਸ਼ਣੀ ਪਹਿਲਾਂ ਰੀਮਿਕਸ ਹੋਏ ਉੱਪਰ ਸ਼ੋਅ ਹੁੰਦੇ ਆ ਹਾਂਜੀ ਹਾਂਜੀ ਸੁਰਿੰਦਰ ਕੌਰ ਹੋਣਾ ਜਿਹਦਾ ਬਾਅਦ ਚ ਸ਼ੋਅ ਹੁੰਦਾ ਇਦਾਂ ਕਿੰਨੇ ਹੋਰ ਵੀ ਐ ਇੱਕ ਉਦਾਹਰਣ ਦੇ ਰਹੀ ਹਾਂ ਬਹੁਤ ਲੋਕਾਂ ਨੂੰ ਤੱਕਾ ਹੋ ਰਿਹਾ ਇਦਾਂ ਹੋਣਾ ਨਹੀਂ ਚਾਹੀਦਾ ਮੈਂ ਤਾਂ ਇਹ ਚਾਹੂਗਾ ਵੀ ਕਿਸੇ ਦਾ ਗਾਇਆ ਗੀਤ ਜਿਹੜਾ ਜੇ ਸੁਰਿੰਦਰ ਕੌਰ ਜੀ ਨੇ ਕੋਈ ਰਿਕਾਰਡ ਕਰਾ ਦਿੱਤਾ ਜਾਂ ਬਾਪੂ ਲਾਲ ਚੰਦ ਜਮਲਾ ਜੱਟ ਜੀ ਨੇ ਗਾਣਾ ਰਿਕਾਰਡ ਕਰਾ ਦਿੱਤਾ ਜਾਂ ਮਾਨਕ ਸਾਹਿਬ ਨੇ ਰਿਕਾਰਡ ਕਰਾ ਦਿੱਤਾ ਉਹਨੂੰ ਦੁਬਾਰੇ ਰਿਕਾਰਡ ਕਰਨ ਦੀ ਲੋੜ ਨਹੀਂ ਉਹੀ ਗ ориجنલ ਲੋਕੀ ਗਾਉਣ ਅੱਜ ਕੱਲ ਡਰਾਮਾ ਹੋ ਗਿਆ ਵੀ ਮੈਂ ਜੀ ਕਿਸੇ ਦੀ ਤਰਜ਼ ਚੱਕ ਲਈ ਕਿਸੇ ਦਾ ਗਾਣਾ ਚੱਕ ਲਿਆ ਕਿਸੇ ਦਾ ਗਾਣਾ ਚੱਕ ਕੇ ਗਾਉਂਦੇ ਆ ਪਰ ਇਹਦਾ ਦੁੱਖ ਹੁੰਦਾ ਹੈ ਸ਼ਾਇਦ ਜਿੱਦਾਂ ਤੁਹਾਡੇ ਨਾਲ ਹੋਈ ਹੈ ਛੱਲੇ ਮੁੰਡੀਆਂ ਗਾਣਾ ਹੀ ਤੁਹਾਡਾ ਚੱਕ ਕੇ ਗਾ ਦਿੱਤਾ ਗਿਆ ਔਰ ਤੁਹਾਨੂੰ ਦੱਸਿਆ ਤੱਕ ਨਹੀਂ ਗਿਆ ਬਾਰ ਬਾਰ ਗੱਲ ਚੱਲ ਰਹੀ ਹੈ ਹੁਣ ਤੈਨੂੰ ਚੰਗਾ ਨਹੀਂ ਲੱਗਦਾ ਉਹ ਗਾਣਾ ਮੈਂ ਸੁਣਨਾ ਹਾਂ ਹੁਣ ਕੀ ਬਾਬਾ ਜੀ ਲਓ ਜੀ ਵਰਨ ਜੀ ਮੈਂ ਇਹ ਗਾਣਾ ਮੇਰਾ ਅੱਜ ਕੱਲ ਜਿਹੜੇ ਬਹੁਤ ਜਿਹੜੇ ਅੱਜ ਕੱਲ ਦੇ ਬੱਚੇ ਆ ਜਣ ਕੇ ਪੱਬਾਂ ਕਲੱਬਾਂ ਦੇ ਵਿੱਚ ਜਿੱਥੇ ਵੀ ਬਾਹਰ ਨੱਚਦੇ ਗਾਉਂਦੇ ਆ ਸਾਡੇ ਪੰਜਾਬੀ ਸਾਡੇ ਹਿੰਦੁਸਤਾਨੀ ਇਸ ਗਾਣੇ ਨੂੰ ਬਹੁਤ ਮਾਣ ਦਿੰਦੇ ਆ ਤੇ ਮੈਨੂੰ ਵੀ ਮਾਣ ਆ ਤੇ ਅੱਜ ਕੱਲ ਦੇ ਜਿਹੜੇ ਨਵੇਂ ਬੱਚੇ ਆ ਮੈਨੂੰ ਉਹ ਵੀ ਸੁਣਦੇ ਆ 31 ਸਾਲ ਤੋਂ ਲੈ ਕੇ ਹੁਣ ਤੱਕ ਦੀ ਜਿਹੜੀ ਮੇਰੀ ਮਿਹਨਤ ਆ ਮੈਨੂੰ ਭਾਗ ਲਾਏ ਆ ਦਾਤੇ ਨੇ ਔਰ ਲੋਕਾਂ ਨੇ ਮਾਣ ਦਿੱਤਾ ਮੈਂ ਲੋਕਾਂ ਦਾ ਧੰਨਵਾਦ ਕਰਦਾ ਅਲਮਸਤ ਦੇਸਪੁਰੀ ਸਾਹਿਬ ਦਾ ਇਹ ਲਿਖਿਆ ਗੀਤ ਆ ਦੋ ਲੈਣਾ ਤੁਹਾਡੇ ਰੂਬਰੂ ਕਰ ਰਿਹਾ ਜੀ ਨੀ ਮਿੱਠੇ ਲਾਰੇ ਇਲਾਕੇ ਮੁਕਰ ਗਈ ਤੂੰ ਛੱਲੇ ਮੁੰਦਿਆਂ ਪੰਛੀ ਦੀਆਂ ਪਾ ਕੇ ਮੁਕਰ ਗਈ ਝੂਠੀ ਕਸਮਾਂ ਖਾ ਕੇ ਮੁਕਰ ਗਈ ਸੌ ਸੌ ਕਸਮਾਂ ਖਾ ਕੇ ਮੁਕਰ ਗਈ ਸਭ ਕੁਝ ਲੁੱਟ ਲਿਆ ਤੈਂ ਨਹੀਂ ਹੁਣ ਤੈਨੂੰ ਚੰਗਾ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਮੈਂ ਨਹੀਂ ਹੁਣ ਤੈਨੂੰ ਚੰਗਾ ਨਹੀਂ ਲੱਗਦਾ ਕਰ ਗਏ ਪੰਛੀ ਨਾਲ ਧੋਖਾ ਨੀ ਆਪਣੇ ਯਾਰ ਪਿਆਰੇ ਹਏ ਆਪਣੇ ਯਾਰ ਪਿਆਰੇ ਨੀ ਆਪਣੇ ਯਾਰ ਪਿਆਰੇ ਪਾ ਕੇ ਪਿਆਰ ਵੇਖ ਕੇ અલਮਸਤ ਨੇ ਆਲੋਕ ਬੜੇ ਹਤਿਆਰੇ ਨੀ ਲੋਕ ਬੜੇ ਹਤਿਆਰੇ ਨੀ ਲੋਕ ਬੜੇ ਹਤਿਆਰੇ ਹੋ ਜਿਹੜੀ ਗੱਲਾਂ ਨੀ ਚੱਲਿਏ ਯਾਰ ਸੀ ਡਰਦੇ ਆ ਟੁੱਟ ਗਈ ਯਾਰੀ ਨੀ ਹੁਣ ਤਾਂ ਦੁਖੜੇ ਚਰਦੇ ਜਿਨਾਥਾਂ ਮਾਂ ਤੇ ਪਿਆਰ ਸੀ ਕਰਦੇ ਜਿੱਥੇ ਆਪਾਂ ਮਿਲਦੇ ਹੁੰਦੇ ਸੀ ਰੋਂਦੇ ਨੇ ਉਥੇ ਨਹੀਂ ਹੁਣ ਤੈਨੂੰ ਚੰਗਾ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਮੈਂ ਨਹੀਂ ਹੁਣ ਤੈਨੂੰ ਚੰਗਾ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਮੈਂ ਨਹੀਂ ਹੁਣ ਤੈਨੂੰ ਚੰਗਾ ਨਹੀਂ ਲੱਗਦਾ ਬਹੁਤ ਖੂਬ ਹੁਣ ਤੱਕ ਕੁੱਲ ਕਿੰਨੇ ਕਹਾਣੇ ਗਾਲੇ ਤੁਸੀਂ ਮੈਂ ਜੀ 600 ਗੀਤ ਮੇਰਾ ਰਿਕਾਰਡ ਹੋ ਗਿਆ ਹਮਮ ਔਰ 250 ਤੋਂ ਵੱਧ ਰਾਈਟਰਾਂ ਦੇ ਮੈਂ ਲਿਖੇ ਗਾਣੇ ਗਾਏ ਆ ਹਮਮ ਔਰ 150 ਮਿਊਜ਼ਿਕ ਡਾਇਰੈਕਟਰਾਂ ਨਾਲ ਮੈਂ ਕੰਮ ਕੀਤਾ ਜੀ ਅੱਛਾ ਔਰ ਕੋਈ ਪੰਜਾਬ ਦੀ ਕੰਪਨੀ ਇੰਗਲੈਂਡ ਦੀ ਕੰਪਨੀ ਜਾਂ ਵੱਡੀਆਂ ਕੰਪਨੀਆਂ ਕੋਈ ਇਦਾਂ ਦੀ ਨਹੀਂ ਹੋਣੀ ਜਿਹਨੂੰ ਸੁਖਵਿੰਦਰ ਪੰਚੀ ਨੇ ਲਾਂਚ ਨਹੀਂ ਕੀਤਾ ਮੈਂ ਉਹਨਾਂ ਸਾਰੀ ਕੰਪਨੀਆਂ ਦਾ ਸਾਰੇ ਮਿਊਜ਼ਿਕ ਡਾਇਰੈਕਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਗੀਤਕਾਰਾਂ ਦਾ ਉਹਨਾਂ ਪੱਤਰਕਾਰਾਂ ਦਾ ਉਹਨਾਂ ਦਾ ਰੇਡੀਓ ਵਾਲਿਆਂ ਦਾ ਟੀਵੀ ਵਾਲਿਆਂ ਦਾ ਜਿੱਥੇ ਵੀ ਥਰੋਊਟ ਵਰਲਡ ਮੇਰੇ ਪੰਜਾਬੀ ਭਰਾ ਹਿੰਦੁਸਤਾਨੀ ਭੈਣ ਭਰਾ ਬੈਠੇ ਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹਨਾਂ ਨੇ ਮੈਨੂੰ ਪੂਰਾ ਫੁੱਲ ਸਪੋਰਟ ਦਿੱਤੀ ਆ ਹੁਣ ਤੱਕ ਮੈਂ ਦਿਲੋਂ ਧੰਨਵਾਦ ਕਰਦਾ ਜਿੱਥੇ ਵੀ ਆ ਤੇ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਵੀ ਬਰਿੰਦਰ ਬਚਨ ਜੀ ਜਿਨ੍ਹਾਂ ਨੇ ਮੇਰੇ ਗੀਤਾਂ ਨੂੰ ਮਿਊਜ਼ਿਕ ਦਿੱਤਾ ਛੱਲੇ ਮੁੰਡੀਆਂ ਦਾ ਉਹ 2-4 ਦਿਨ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਆ ਗਿਆ ਤੇ ਉਹਨਾਂ ਦੇ ਭਰਾ ਸਰਿੰਦਰ ਬਚਨ ਜੀ ਮਿਊਜ਼ਿਕ ਡਾਇਰੈਕਟਰ ਮੈਂ ਦੋਨਾਂ ਦੇ ਨਾਲ ਬਹੁਤ ਕੰਮ ਕੀਤਾ ਮੇਰੇ ਬਹੁਤ ਹਿੱਟ ਗੀਤ ਦਿੱਤੇ ਆ ਬਰਿੰਦਰ ਬਚਨ ਔਰ ਸਰਿੰਦਰ ਬਚਨ ਜੀ ਨੇ ਮੈਂ ਉਹ ਪੰਜਾਬ ਮੇਲ ਟੀਵੀ ਜੁਆਸੇ ਰਾਹੀਂ ਸ਼ਰਦਾ ਦੇ ਫੁੱਲ ਭੇਟ ਕਰਦਾ ਹੈ ਤੇ ਪ੍ਰਮਾਤਮਾ ਉਹਨਾਂ ਨੂੰ ਨਿਵਾਸ ਦੇਣ ਆਪਣੇ ਚਰਨਾਂ 'ਚ ਤੇ ਪਰਿਵਾਰ ਨੂੰ ਪਾਣਾ ਮਰਨ ਦਾ ਬਲ ਬਖਸ਼ੇ ਬਿਲਕੁਲ ਬਿਲਕੁਲ ਇਸ ਗੱਲ ਵਿੱਚ ਕਿੰਨੀ ਕਿ ਸੱਚਾਈ ਹੈ ਕਿ ਪਹਿਲਾਂ ਜਿਹੜੀ ਜ਼ਿਆਦਾ ਸਿੰਗਿੰਗ ਇੰਡਸਟਰੀ ਪੰਜਾਬ ਦੀ ਸੀ ਲੁਧਿਆਣੇ ਹੁੰਦੀ ਸੀ ਤੇ ਜਲੰਧਰ ਦੇ ਵਿੱਚ ਸ਼ਾਇਦ ਪਹਿਲਾ ਦੂਜਾ ਦਫ਼ਤਰ ਤੁਸੀਂ ਖੋਲ੍ਹਿਆ ਸੀ 뮤ਜ਼ਿਕ ਦਾ ਹਾਂਜੀ ਮੈਨੂੰ ਇਸ ਗੱਲ ਦਾ ਮਾਣ ਆਇਆ ਵਰਨ ਜੀ ਕਿ ਜਦੋਂ ਗੱਲ ਚੱਲਦੀ ਸੀ ਕਿ ਸਿੰਗਰਾਂ ਦੀ ਵੀ ਆਪਾਂ ਸਿੰਗਰ ਬੁੱਕ ਕਰਕੇ ਆਉਣਾ ਪੰਜਾਬ ਦੇ ਵਿੱਚ ਕਿਸੇ ਵੀ ਪਿੰਡ ਦੇ ਵਿੱਚ ਜਦੋਂ ਕੋਈ ਮੇਲਾ ਆ ਜਾਂ ਵਿਆਹ ਸ਼ਾਦੀ ਜੋ ਫੰਕਸ਼ਨ ਹੋਣਾ ਉਹਨਾਂ ਨੇ ਕਿਹਾ ਵੀ ਲੁਧਿਆਣੇ ਚੱਲੇ ਗਉਣ ਵਾਲਾ ਬੁੱਕ ਕਰਨ ਚੱਲੇ ਆ ਹਾਂ ਲੋਕਾਂ ਦੇ ਬੜਾ ਦਿਲਚਸਪ ਹੁੰਦਾ ਵੀ ਲੁਧਿਆਣੇ ਤੋਂ ਸਿੰਗਰ ਆ ਰਹੇ ਆ ਜੀ ਫਿਰ ਮੈਂ ਜਦੋਂ ਮਾਨਕ ਸਾਹਿਬ ਦੇ ਨਾਲ ਰਹਿੰਦਾ ਸੀ ਤਾਂ ਮੈਂ ਵੀ 8-9 ਸਾਲ ਮਾਨਕ ਸਾਹਿਬ ਦੇ ਨਾਲ ਕੰਮ ਕੀਤਾ ਅੱਛਾ ਨਾਲ ਕੰਮ ਵੀ ਕੀਤਾ ਉਹਨਾਂ ਦੇ ਹਾਂਜੀ ਮੈਂ ਨਾਲ ਮੈਂ ਜਿੱਥੇ ਉਹਨਾਂ ਦਾ ਸ਼ਾਗਿਰਦ ਆ ਨਾ ਜੀ ਮੈਂ ਉਹਨਾਂ ਦੇ ਨਾਲ ਵੀ ਰਿਹਾ ਤੇ ਮੇਰੇ ਬਹੁਤ ਸਾਰੇ ਗਾਣੇ ਕੁਲਦੀਪ ਮਾਨਕ ਜੀ ਦੇ ਨਾਲ ਰਿਕਾਰਡ ਵੀ ਹੋਏ ਹੂੰ ਤੇ ਮੈਂ ਹੋਰ ਵੀ ਕਾਫੀ ਕਲਾਕਾਰਾਂ ਨੂੰ ਜਾਣਦਾ ਰਿਆਂ ਜੀ ਮਾਨਕ ਸਾਹਿਬ ਜਦੋਂ ਬਿੱਲੇ ਹੁੰਦੇ ਸੀ ਤਾਂ ਮੈਂ ਹੋਰ ਵੀ ਕਾਫੀ ਕਲਾਕਾਰਾਂ ਨੂੰ ਜਾਣਦਾ ਰਿਆਂ ਜੀ ਕਿਉਂਕਿ ਸਾਡਾ ਕੰਮ ਸੀਗਾ ਮਿਹਨਤ ਕਰਨੀ ਅਸੀਂ ਸਟਰਗਲ ਕੀਤੀ ਬਹੁਤ ਜ਼ਿਆਦਾ ਸਟਰਗਲ ਕੀਤੀ ਹੈ ਜੀ ਤੇ ਜਦੋਂ ਅਸੀਂ ਮਾਨਕ ਸਾਹਿਬ ਨਾਲ ਕੰਮ ਕਰਦੇ ਸੀ ਸਰਦੂਲ ਸਕੰਦਰ ਵੀ ਸਾਡਾ ਨਾ ਜਾਣਦਾ ਰਿਆ ਜੀ ਬੂਟਾ ਮੁਹੰਮਦ ਵੀ ਜਾਣਦਾ ਰਿਆ ਹਮ ਤੇ ਸਾਨੂੰ ਵਰਨ ਜੀ 40-40 ਰੁਪਏ ਮਿਲਦੇ ਹੁੰਦੇ ਸੀ ਮੈਨੂੰ ਸਰਦੂਲ ਸਕੰਦਰ ਨੂੰ ਬੂਟਾ ਮੁਹੰਮਦ ਨੂੰ ਜਾਂ ਹੋਰ ਜਿਹੜੇ ਪ੍ਰੀਤਮ ਬਰਾੜ ਅਵਤਾਰ ਬੱਲ ਅਸੀਂ ਸਾਰੇ ਮਾਨਕ ਸਾਹਿਬ ਨਾਲ ਕੰਮ ਕਰਦੇ ਸੀ ਹਮ ਸਾਨੂੰ 30 40 40 ਰੁਪਏ ਮਿਲਦੇ ਹੁੰਦੇ ਸੀ ਇੱਕ ਪ੍ਰੋਗਰਾਮ ਦੇ ਅੱਛਾ ਤੇ ਪ੍ਰੋਗਰਾਮ ਦੀ ਪੇਮੈਂਟ ਵੀ ਥੋੜੀ ਹੁੰਦੀ ਸੀ ਹਜ਼ਾਰ ਖੰਡ 7 800 1000 1200 1500 ਉਦੋਂ ਪ੍ਰੋਗਰਾਮ ਦੀ ਪੇਮੈਂਟ ਵੀ ਇੰਨੀ ਹੁੰਦੀ ਸੀ ਸਾਰਾ ਕੁਝ ਸਸਤਾ ਸੀਗਾ ਮਿਊਜ਼ੀਸ਼ੀਅਨ ਵੀ ਘੱਟ ਪੈਸੇ ਲੈਂਦੇ ਸੀ ਜੀ ਤੇ ਅਸੀਂ ਸਟਰਗਲ ਬੜੀ ਕੀਤੀ ਸੀ ਸੋਚਿਆ ਸੀ ਵੀ ਜਦੋਂ ਕਿਤੇ ਸਾਡਾ ਨਾਮ ਬਣਿਆ ਹੂੰ ਤੇ ਮੈਂ ਜਲੰਧਰ ਆਪਣੀ ਇੰਡਸਟਰੀ ਲੈ ਕੇ ਜਾਣੀ ਆ ਆਹੋ ਸੱਚੀ ਗੱਲ ਤੇ ਚਲੋ ਬਾਬਾ ਜੀ ਨਿਮਾਨ ਬਖਸ਼ਾ ਮੇਰਾ ਗੀਤ ਹਿੱਟ ਹੋਇਆ ਛੱਲੇ ਮੁੰਦੀਆਂ ਹੂੰ अच्छा पहला नहीं सी के ਤੁਸੀਂ ਜਲੰਧਰ ਇਸ ਗਾਣੇ ਤੋਂ ਬਾਅਦ ਜਲੰਧਰ ਤੁਸੀਂ ਆਫਿਸ ਲੈ ਕੇ ਆਏ ਹਾਂਜੀ ਮੇਰਾ ਜੰਡਿਆਲਾ ਮੇਰਾ ਨੇੜੇ ਪਿੰਡ ਮੇਰਾ ਸ੍ਰੀ ਸ਼ੰਕਰ ਤੇ ਉੱਥੇ ਮੇਰਾ ਜੰਡਿਆਲੇ ਵੀ ਦਫਤਰ ਰਿਹਾ 2-3 ਸਾਲ ਅੱਛਾ ਜੀ OK ਹਾਂ ਮਾਰਕ ਸਾਹਿਬ ਤਾਂ ਜਦੋਂ ਹਟਿਆ ਮੈਂ ਤੇ ਫਿਰ 87-88 ਚ 99 ਤੱਕ ਮੇਰਾ ਦਫਤਰ ਉੱਥੇ ਰਿਹਾ ਹੂੰ ਫਿਰ ਜਦੋਂ ਮੇਰਾ ਗਾਣਾ ਹਿੱਟ ਹੋ ਗਿਆ ਤੇ ਮੈਂ ਕਹਾ ਲੋਕਾਂ ਨੂੰ ਨਾ ਮੈਨੂੰ ਟੋਲਣ ਚ ਪ੍ਰੋਬਲਮ ਪੈਂਦੀ ਜਦ ਛੱਲੇ ਬੰਦੀ ਹਟ ਗਿਆ ਹੂੰ ਤੇ ਫਿਰ ਮੈਂ ਕਹਾ ਮੈਂ ਜਲੰਧਰ ਦਫ਼ਤਰ ਬਣਾਉਣਾ ਫਿਰ ਮੈਂ ਨਕੌਦਰ ਚੌਂਕ ਜਲੰਧਰ ਦੇ ਵਿੱਚ ਦਫ਼ਤਰ ਬਣਾਇਆ ਤੇ ਲੋਕੀ ਮੈਨੂੰ ਮਜ਼ਾਕ ਕਰਦੇ ਕਹਿੰਦੇ ਇੱਥੇ ਇੱਟਾਂ ਬਜਰੀ ਦੀ ਹੈ ਤੇ ਦੁਕਾਨਾ ਤੂੰ ਇੱਟਾਂ ਬਜਰੀ ਵੇਚਿਆ ਕਰਨੀ ਮੈਂ ਕਹਾ ਜੀ ਮੈਂ ਕਹਿੰਦੀ ਕੋਈ ਗੱਲ ਹੁਣ ਦੇਖੋ ਜਲੰਧਰ ਜਿਹੜਾ ਆ ਮੀਡੀਆ ਚ ਸਭ ਤੋਂ ਅੱਗੇ ਆ ਕਿੰਨੇ ਚੈਨਲ ਜਲੰਧਰ ਨੇ ਕਿੰਨਾ ਕੰਮ ਇੰਡਸਟਰੀ ਦਾ ਹੁਣ ਸਾਰਾ ਜਿਹੜੀ ਇੰਡਸਟਰੀ ਆ ਜਲੰਧਰ ਚ ਆ ਗਈ ਫਿਰ ਮੇਰੇ ਤੋਂ ਬਾਅਦ ਬਹੁਤ ਸਾਰੇ ਕਲਾਕਾਰ ਜਲੰ ਨ ਕੋਵਦਰ ਚੌਂਕ ਦੇ ਵਿੱਚ ਅੱਛਾ ਇੱਕ ਦਿਨ ਉੱਥੇ ਕੋਈ ਦਫ਼ਤਰ ਲੱਭਦਾ ਨਾ ਸੀ ਵੀ ਦਫ਼ਤਰ ਜਿਹੜਾ ਵੀ ਗਉਣ ਵਾਲਾ ਹੁੰਦਾ ਸੀ ਕਹਿੰਦੇ ਨ ਕੋਵਦਰ ਚੌਂਕ ਦਫ਼ਤਰ ਬਣਾਉਣੇ ਆ ਹੂੰ ਤੇ ਚਲੋ ਬਾਬਾ ਜੀ ਨੇ ਮੈਨੂੰ ਇਹ ਸੇਵਾ ਲਈ ਮਾਣ ਬਖਸ਼ਿਆ ਮੈਂ ਲੋਕਾਂ ਨਾਲ ਪਿਆਰ ਦਿੱਤਾ ਤੇ ਉਹ ਇੰਡਸਟਰੀ ਅਸੀਂ ਬਣਾਈ ਤੇ ਲੋਕਾਂ ਨੇ ਅੰਡਸਟਰੀ ਸਾਡੀ ਨੂੰ ਜਿਹੜਾ ਬਰਕਰਾਰ ਰੱਖਿਆ ਬਹੁਤ ਸਾਰੇ ਕਲਾਕਾਰ ਨਾਂਮੀ ਸਿੰਘਰਾਜ ਲੰਦਰ ਦੇ ਵਿੱਚ ਆ ਗਿਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਦੋਂ ਤੁਸੀਂ ਸਿੰਗਿੰਗ ਸ਼ੁਰੂ ਕੀਤੀ ਜਦੋਂ ਮੋਬਾਈਲ ਫੋਨ ਆ ਗਏ ਸੀ ਨਹੀਂ ਜੀ ਨਾ ਉਹ ਤਾਂ ਸਾਡੇ ਕੋਲ ਤਾਂ ਲੈਂਡਫੋਨ ਵੀ ਨਹੀਂ ਹੁੰਦੇ ਸੀਗੇ ਜਦੋਂ ਅਸੀਂ ਰਿਕਾਰਡਿੰਗ ਕਰਦੇ ਸੀ ਕਿ ਹੁਣ ਤਾਂ ਬੜਾ ਸੌਖਾ ਆ ਨਾ ਕਿਸੇ ਵੀ ਸਿੰਗਰ ਦਾ ਸੋਸ਼ਲ ਮੀਡੀਆ ਦੇਖ ਲਓ ਉੱਤੇ ਲਿਖਿਆ ਹੁੰਦਾ ਆ ਕੰਟੈਕਟ ਫੋਰ ਬੁਕਿੰਗ ਹੈ ਨਾ ਕੰਟੈਕਟ ਫੋਰ ਪ੍ਰੋਗਰਾਮਸ ਬੁਕਿੰਗ ਜੋ ਵੀ ਸਾਰਾ ਕੁਝ ਉਹਨਾਂ ਨੇ ਲਿਖਿਆ ਹੁੰਦਾ ਤੇ ਅੱਗੇ ਤਾਂ ਲੋਕਾਂ ਨੂੰ ਮੇਰੇ ਹਿਸਾਬ ਨਾਲ ਜਾ ਜਾ ਕੇ ਤੁਹਾਡੇ ਤੱਕ ਪਹੁੰਚ ਕਰਨੀ ਪੈਣੀ ਹੁੰਦੀ ਅੱਗੇ ਤੇ ਅਖਬਾਰਾਂ ਚ ਸਾਡੀ ਕੋਈ ਆਰਟੀਕਲ ਇੰਟਰਵਿਊ ਆਉਣਾ ਉਹਦੇ ਵਿੱਚ ਦੱਸਿਆ ਹੁੰਦਾ ਸੀ ਵੀ ਕਿਹੜੀ ਜਗ੍ਹਾ ਬੰਦਾ ਰਹਿੰਦਾ ਆ ਜਾਂ ਸਾਡੇ ਪੈਨ ਡਾਉਣਾ ਸਾਨੂੰ ਪ੍ਰੋਗਰਾਮ ਬੁੱਕ ਕਰਨ ਵਾਸਤੇ ਹਾਂ ਤੇ ਜਾਂ ਸਾਨੂੰ ਫਿਰ ਸਾਡਾ ਦਫਤਰ ਬਣ ਗਿਆ ਫਿਰ ਜਲੰਧਰ ਆਉਣਾ ਫਿਰ ਅਸੀਂ ਹੌਲੀ ਹੌਲੀ ਖ਼ਬਰਾਂ ਦੇ ਵਿੱਚ ਐਡ ਲਾਉਣੀ ਸ਼ੁਰੂ ਕੀਤੀ ਫਿਰ ਮੈਂ ਥੱਲੇ ਨੰਬਰ ਦੇਣਾ ਫਿਰ ਲੋਕਾਂ ਨੇ ਸਾਨੂੰ ਕਾਲ ਕਰਨੀ ਪੁੱਛਣਾ ਤੁਹਾਡਾ ਫਲਾਣਾ ਦਿਨ ਬੇਲਾ ਜੀ ਫਿਰ ਇਦਾਂ ਹੌਲੀ ਹੌਲੀ ਸਰਕਲ ਲੋਕਾਂ ਨਾਲ ਬਣ ਗਿਆ ਹੁਣ ਤਾਂ ਬਹੁਤ ਫੈਸਿਲਟੀਆਂ ਹੋ ਗਈਆਂ ਦੁਨੀਆ ਨੂੰ ਵੀ ਕਲਾਕਾਰਾਂ ਨੂੰ ਅੱਗੇ ਤਾਂ ਹੁੰਦਾ ਸੀਗਾ ਕਿ ਮੈਨੂੰ ਲੱਗਦਾ ਕਿ ਖਾਸ ਤੌਰ ਤੇ ਬਿਨਾ ਮੇਲਿਆਂ ਦੇ ਵੀ ਗਾਉਣ ਵਾਲਿਆਂ ਦੇ ਮਤਲਬ ਅਖਾੜੇ ਲੱਗਣੇ ਕਿ ਉੱਥੇ ਅੱਜ ਸਪੈਸ਼ਲ ਆ ਮੈਨੂੰ ਯਾਦ ਆ ਕਿ ਸਾਡੇ ਬਜ਼ੁਰਗ ਵੀ ਦੱਸਦੇ ਹੁੰਦੇ ਆ ਕਿ ਉਹਨਾਂ ਦੇ ਖੂਹਾਂ ਦੇ ਉੱਤੇ ਖਾਸ ਤੌਰ ਤੇ ਪਿੰਡ ਵਿੱਚ ਸਾਡੇ ਬਜ਼ੁਰਗਾਂ ਦਾ ਖੂਹ ਹੁੰਦਾ ਸੀ ਜਿੱਥੇ ਨਰਿੰਦਰ ਬੀਬਾ ਗਾਉਣ ਆਉਂਦੀ ਸੀ ਤੇ ਸਾਰੇ ਪਿੰਡ ਨੇ ਕਹਿਣਾ ਇਹਨਾਂ ਦੇ ਘਰ ਨਰਿੰਦਰ ਬੀਬਾ ਗਾਉਣ ਆਉਂਦੇ ਆ ਮਤਲਬ ਕਿ ਗੱਡਾ ਲੱਗਦਾ ਹੁੰਦਾ ਸੀਗਾ ਮੈਨੂੰ ਦੱਸਦੇ ਆ ਬਜ਼ੁਰਗ ਸਾਡੇ ਉਹ ਗੱਡਿਆਂ ਤੇ ਜਦੋਂ ਸਟੇਜਾਂ ਲੱਗਦੀਆਂ ਸੀ ਮਹਿਮਾਨਖਹ ਸਾਹਿਬ ਨਾਲ ਜਦ ਰਿਆਂ 40 40 ਪ੍ਰੋਗਰਾਮ ਮਹਤ ਜੀ ਨਾਲ ਵੀ ਕਰਦੇ ਰਹੇ ਮੈਨੂੰ ਇਸ ਗੱਲ ਦਾ ਮਾਣ ਵੀ ਹੋਇਆ ਵੀ ਮਾਨਕ ਸਾਹਿਬ ਦੇ ਨਾਲੋਂ ਹਟ ਕੇ ਜਦੋਂ ਮੈਂ ਆਪਣੀ ਵੱਖਰੀ ਪਛਾਣ ਬਣਾਈ ਮੈਂ ਵੀ ਦੱਸਣਾ ਚਾਹੁੰਨਾ ਲੋਕਾਂ ਨੂੰ ਕਿ ਮੈਂ ਕੁਲਦੀਪ ਮਾਨਕੀ ਦਾ ਸ਼ਹਿਰਤ ਜ਼ਰੂਰ ਹਾਂ ਪਰ ਮੈਂ ਕੁਲਦੀਪ ਮਾਨਕੀ ਦੀ ਕਾਪੀ ਨਹੀਂ ਕਰਦਾ ਨਾ ਮੈਂ ਕੁਲਦੀਪ ਮਾਨਕੀ ਦੀ ਕਾਪੀ ਕਰਕੇ ਮਾਰਕੀਟ 'ਚ ਆਇਆ ਉਹ ਮੇਰੇ ਗੁਰੂ ਆ ਮੈਂ ਸਿੱਖਿਆ ਉਹਨਾਂ ਕੋਲੋਂ ਬਹੁਤ ਕੁਝ ਆ ਮੈਂ ਉਹਨਾਂ ਦੇ ਗਾਣੇ ਗਾਉਣਾ ਸਟੇਜਾਂ ਤੇ ਪਰ ਮੈਂ ਛੱਲੇ ਮੁੰਦੀਆਂ ਤੋਂ ਆਪਣੇ ਇੱਕ ਵੱਖਰੇ ਸਟਾਈਲ ਦੇ ਨਾਲ ਆਪਣੀ ਪਛਾਣ ਬਣਾਈ ਮੈਂ ਆਪਣੇ ਗੀਤ ਦਿਲ ਬੱਟੇ ਦੇਵੇ ਭੇੜਾ ਛੱਲੇ ਮੁੰਦੀਆਂ ਸ਼ਾਹਾਂ ਦੀਏ ਕੁੜੀਏ ਗਰੀਬ ਦਿੱਤਾ ਮਾਰਨੀ ਦਿੱਲੀ ਦੇ ਹਵਾਈ ਅੱਡੇ ਤੇ ਪੰਗਾ ਪੈਣਾ ਪੈਣਾ ਸਾਡੀ ਮੁੰਦਰੀ ਸੱਜਣਾ ਹੋਰ ਮੇਰੇ ਨਿੱਕੀ ਜੀ ਗੱਲ ਪਿੱਛੇ ਚੱਲੀ ਹੈ ਚੰਦ ਦੇ ਹਜ਼ਾਰ ਨਹੀਂ ਰਸਾਈ ਦਾ ਮੁੰਡਾ ਦਿਲ ਦਾ ਨਹੀਂ ਮਾੜਾ ਬਹੁਤ ਸਾਰੇ ਮੇਰੇ ਗੀਤ ਜਿਹੜੇ ਰੋਮੈਂਟਿਕ ਗੀਤ ਜਿਹੜੇ ਮੈਂ ਪਰਵਾਰਕ ਗੀਤ ਜਿਹੜੇ ਗਾ ਕੇ ਲੋਕਾਂ ਤੱਕ ਪਹੁੰਚਿਆ ਮੈਂ ਆਪਣੀ ਵੱਖਰੀ ਪਛਾਣ ਬਣਾਈ ਮੈਂ ਉਹੀ ਗੱਲ ਕਰ ਰਹੀ ਹਾਂ ਜਿੱਦਾਂ ਅੱਗੇ ਹੁੰਦਾ ਸੀ ਕਿ ਗੱਡਾ ਲੱਗਣਾ ਤੇ ਗਾਣਾ ਨ ਨਿਊ ਇਅਰ ਆ ਤਾਂ ਸਿੰਗਰ ਆਉਂਦੇ ਕਿੰਨੇ ਸਾਰੇ ਬਾਕਸਰ ਨਾਲ ਹੋੜੇ ਹਨਾ ਮਤਲਬ ਮੇਲੇ ਅੱਗੇ ਵੀ ਲੱਗਦੇ ਸੀ ਹੁਣ ਵੀ ਲੱਗਦੇ ਆ ਸਿੰਗਰ ਉਦੋਂ ਵੀ ਆਉਂਦੇ ਸੀ ਹੁਣ ਵੀ ਆਉਂਦੇ ਆ ਪਰ ਹੁਣ ਬਾਕਸਰ ਜ਼ਿਆਦਾ ਹੁੰਦੇ ਆ ਸਿੰਗਰ ਹੁਣ ਇਦਾਂ ਵੀ ਮਰਨ ਜੀ ਹੁਣ ਜਿਹੜਾ ਫਰਕ ਪੈ ਗਿਆ ਨਾ ਗਾਇਕੀ ਦੇ ਵਿੱਚ ਹੁਣ ਕਲਾਕਾਰਾਂ ਦਾ ਤੇ ਪਬਲਿਕ ਦਾ ਜਿਹੜਾ ਉਹ ਫਰਕ ਬਹੁਤ ਦੂਰ ਜ਼ਿਆਦਾ ਪੈ ਗਿਆ ਆ ਹੁਣ ਕਲਾਕਾਰ ਜਿਹੜਾ ਆ ਉਹ ਪਬਲਿਕ ਨੂੰ ਮਿਲਦਾ ਨਹੀਂ ਪਬਲਿਕ ਨਾਲ ਫੋਟੋ ਨਹੀਂ ਖਿਚਾਉਂਦਾ ਪਬਲਿਕ ਨਾਲ ਗੱਲ ਨਹੀਂ ਕਰਦਾ ਉਹ ਗੱਡੀ ਚ ਆਉਂਦਾ ਆ ਬੰਦ ਲਫਾਫੇ ਵਾਂਗੂ ਸਟੇਜ ਤੇ ਗਿਆ ਮੁੜ ਕੇ ਫਿਰ ਗੱਡੀ ਚ ਬਹਿ ਗਿਆ ਚਾਰ ਬੌਂਸਰ ਆਖ ਲੈ ਨਾਲ ਕਾਲੇ ਝੱਗਿਆਂ ਵਾਲੇ ਸਸਤੇ ਮਿਲ ਜਾਂਦੇ 5-600 ਰੁਪਏ 400 ਰੁਪਏ ਦਿਹਾੜੀ ਲੈਂਦੇ ਆ ਉਹੇ ਦੇਖਦੇ ਆ ਵੀ ਖਰਿਆ ਅਸੀਂ ਇਹਨਾਂ ਨੂੰ ਲੈ ਜਾ ਕੇ ਬਹੁਤ ਵੱਡੇ ਸਟਾਰ ਬਣ ਜਣੇ ਆ ਤੁਸੀਂ ਬੌਂਸਰਾਂ ਨਾਲ ਸਟਾਰ ਨਹੀਂ ਬਣਦੇ ਜਾਂ ਗਨਮੈਨਾਂ ਨਾਲ ਸਟਾਰ ਨਹੀਂ ਬਣਦੇ ਤੁਸੀਂ ਆਪਣੇ ਕੰਮ ਦੇ ਨਾਲ ਸਟਾਰ ਬਣੋ ਕੰਮ ਦੇ ਨਾਲ ਲੋਕ ਤੁਹਾਡਾ ਸਤਿਕਾਰ ਕਰਨ ਸਾਡੇ ਜਿਹੜੇ ਬੋਡੀਗਾਰਡ ਆ ਸਾਡੇ ਸਰੋਤੇ ਆ ਸਾਨੂੰ ਜਿਹੜੇ ਲੋਕਾਂ ਨੇ ਇੱਥੇ ਤੱਕ ਪਹੁੰਚਾਇਆ ਐਡੀ ਹਾਈਟ ਤੱਕ ਜ਼ੀਰੋ ਤੋਂ ਲੈ ਕੇ ਹੀਰੋ ਤੱਕ ਸਾਡਾ ਕਿੱਡਾ ਵੱਡਾ ਸਾਡਾ ਮਕਾਮ ਲੋਕਾਂ ਨੇ ਬਣਾਇਆ ਤੇ ਜੇ ਅਸੀਂ ਉਹਨਾਂ ਨੂੰ ਨਹੀਂ ਮਿਲਾਂਗੇ ਤੇ ਉਹ ਲੋਕੀ ਸਾਨੂੰ ਭੁੱਲ ਨਹੀਂ ਜਾਣਗੇ ਲੋਕੀ ਉਹ ਕਲਾਕਾਰਾਂ ਨੂੰ ਲੋਕੀ ਗਾਹ ਭੁੱਲ ਜਾਣਗੇ ਇਹਨਾਂ ਦੀ ਬੁਨਿਆਦ ਵੀ ਥੋੜੀ ਆ ਨਾ ਸ਼ਾਇਦ ਸੋਸ਼ਲ ਮੀਡੀਆ ਦੇ ਉੱਤੇ ਫਾਲੋਅਰਸ ਜ਼ਿਆਦਾ ਹੋ ਗਏ ਨੇ ਆਮ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਸਿੱਧਾ ਮਤਲਬ ਫੇਸ ਟੂ ਫੇਸ ਮੁਹੱਬਤ ਘਟ ਗਈ ਹੈ ਦੇਖੋ ਇੱਕ ਗੱਲ ਇਦਾਂ ਵੀ ਅੱਜਕੱਲ੍ਹ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਫੇਕ ਵੀਊ ਵੀ ਲੈ ਸਕਦੇ ਆ ਹੂੰ ਉਹ ਸਾਰੇ ਸਾਰਿਆਂ ਨੂੰ ਪਤਾ ਹੀ ਆ ਇਹ ਜਿੰਨਾ ਮਰਜੀ ਲੋਕ ਝੂਠ ਬੋਲ ਲੈਣ ਜਿੱਡੀ ਭਰ ਜੀ ਵੱਡੀ ਵੀਡੀਓ ਬਣਾ ਲੈਣ ਜਿੱਡਾ ਮਰਜੀ ਗਾਣੇ ਦਾ 뮤직 ਵਧੀਆ ਕਰ ਲੈਣ ਜਿਹੜੇ ਮਰਜੀ ਨਾਮੀ 뮤직 ਡਾਇਰੈਕਟਰ ਦਾ 뮤직 ਲੈ ਲੈਣ ਜਿਹੜੀ ਮਰਜੀ ਕੰਪਨੀ ਤੋਂ ਲਾਂਚ ਕਰ ਲੈਣ ਨਾਥਿੰਗ ਅੱਜ ਕੱਲ੍ਹ ਵੀਊ ਸਾਰੇ ਨਕਲੀ ਮਿਲਦੇ ਆ ਕਮੈਂਟ ਨਕਲੀ ਮਿਲਦੇ ਆ ਫਾਲੋਅਰ ਤੁਹਾਡੇ ਨਕਲੀ ਮਿਲਦੇ ਆ ਇਹ ਜਾਣ ਕੇ ਡਰਾਮੇ ਕਰ ਕਰਕੇ ਵੀ ਅਸੀਂ ਬਹੁਤ ਵੱਡੇ ਸਟਾਰ ਆ ਪਰ ਹੁੰਦੇ ਨਹੀਂ ਕਿਉਂਕਿ ਸਟੇਜ ਤੇ ਜਾ ਕੇ ਪਤਾ ਲੱਗਦਾ ਜੀ ਤੋ ਗਾ ਨਹੀਂ ਹੁੰਦਾ ਇਹਨਾਂ ਕੋਲੋਂ ਕਿਉਂਕਿ ਅਸੀਂ ਸੀਡੀ ਲਾ ਕੇ ਤਗਾਉਂਦੇ ਨਹੀਂ ਜੀ ਜੀ ਅਸੀਂ ਲਾਈਵ ਗਾਉਂਨੇ ਆ ਸਾਨੂੰ ਢੋਲਕਵਾਜੇ ਨਾਲ ਵੀ ਅਸੀਂ ਗਾ ਲੈਣਾ ਹੂੰ ਨਾ ਸਾਨੂੰ ਬਾਹਲੀ ਵਧੀਆ ਸਾਊਂਡ ਦੀ ਲੋੜ ਆ ਹੂੰ ਤੇ ਅਸੀਂ ਜਿੱਥੇ ਸਾਨੂੰ ਕੋਈ ਜਿੱਦਾਂ ਦੀ ਸਾਊਂਡ ਆਹੀ ਓਦਾਂ ਦੀ ਸਾਊਂਡ ਤੇ ਗਾ ਲੈਣੇ ਹੁਣ ਟੂਨ ਆ ਗਿਆ ਨਾ ਕੰਪੋਟ ਟੂਨ ਆ ਗਿਆ ਆਵਾਜ਼ ਲਾ ਕੇ ਹਾਂਜੀ ਆ ਬਾਰ-ਬਾਰ ਮਾਨਕ ਸਾਹਿਬ ਦਾ ਜ਼ਿਕਰ ਹੋ ਰਿਹਾ ਜੀ ਜੇ ਤੁਹਾਡੀ ਆਵਾਜ਼ ਕੋਈ ਮਾਨਕ ਸਾਹਿਬ ਦਾ ਗਾਣਾ ਸੁਣਨਾ ਹੋਵੇ ਬਿਲਕੁਲ ਜ਼ਰੂਰ ਸੁਣਾਵਾਂਗਾ ਜੀ ਸੁਣਾਓ ਤਲੋ ਜੀ ਮੈਂ ਆਪਣੇ ਉਸਤਾਦ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਤੇ ਮੈਂ ਉਸਤਾਦ ਜੀ ਦਾ ਗੀਤ ਤੁਹਾਡੀ ਨਜ਼ਰ ਕਰਾਂ ਗੀਤਾ ਜੀ ਹੋ ਤੇਰੇ ਢਿੱਲੇ ਤੋਂ ਉਹ ਸੂਰਤ ਦੀ ਦੀਆ ਹੀਰ ਦੀ ਹੋ ਤੇਰੇ ਢਿੱਲੇ ਤੋਂ ਉਹ ਸੂਰਤ ਦੀ ਦੀਆ ਹੀਰ ਦੀ ਆ ਲਾ ਵੇਖ ਗੋਰਖਾ ਉੱਡਦੀ ਏ ਫੁਲਕਾਰੀ ਹੋ ਗੋਰੀ ਤੋੜ ਦੁਵਾਰੇ ਹੋ ਕਾਲੀ ਘਾਨੀ ਜੱਟੀ ਦੇ ਮੈਂ ਸਦਕੇ ਟੋਆ ਥੋੜੀ ਦੇ ਵਿੱਚ ਹੋ ਨਾ ਪਤਲੀ ਨਾ ਪਾਰੀ ਹੋ ਜੱਟੀ ਖਾਤਰ ਆਇਆ ਮੈਂ ਜੋਗ ਲੈਣ ਨੂੰ ਟਿੱਲੇ ਤੋਂ ਉਹ ਪਾ ਦੇ ਮੁੰਦਰਾ ਕੰਨੀ ਛੁਰੀ ਫੇਰ ਇੱਕ ਵਾਰੀ ਹੋ ਜਾ ਕੇ ਖੇੜਾਂ ਦੇ ਪਿੰਡ ਹੋ ਦਰਸ਼ਨ ਕਰੀਏ ਹੀਰ ਦੇ ਹੋ ਜਾ ਕੇ ਖੇੜਿਆ ਦੇ ਪਿੰਡ ਹੋ ਦਰਸ਼ਨ ਕਰੀਏ ਹੀਰ ਦੇ ਉਹ ਕਹਿ ਥਾਰੀ ਕੇ ਵਾਲਾ ਇਸ਼ਕ ਹੈ ਬੁਰੀ ਬੁਵਾਰੀ ਹੋ ਨੈਣ ਸੰਦਲੀ ਜੱਟੀ ਦੇ ਫਿਜ ਗਏ ਨੇ ਵੀ ਕਾਰੇ ਪੰਡਤਾ ਦੇ ਮੁਰਗੇ ਰਜ ਗਏ ਨੇ ਉਹ ਮੁੰਡੇ ਕਾਜੀਆਂ ਦੇ दारू ਪੀਣਾ ਗਿਜ ਗਏ ਨੇ ਤੰਦ ਟੁੱਟ ਗਾ ਸਾਰੀ ਸਾਰੀ ਬਈ ਦੁਨੀਆ ਦਾ ਹੋਏ ਕੀ ਬਾਤ ਹੈ ਮੈਨੂੰ ਕਦੇ ਕਦੇ ਇਦਾਂ ਲੱਗਦਾ ਹੁੰਦਾ ਪਤਾ ਨਹੀਂ ਮਾਨਕ ਸਾਹਿਬ ਆਪਣੇ ਗਾਣਿਆਂ 'ਚ ਕੀ ਪਾ ਗਏ ਆ ਕੀ ਬਾਤ ਹੈ ਮਤਲਬ ਇਦਾਂ ਲੱਗਦਾ ਸੁਣ ਕੇ ਹੈ ਨਾ ਕਿ ਤੁਸੀਂ ਅੱਛਾ ਅਗਲੀ ਲਾਈਨ 'ਚ ਕੀ ਕਹਿਣਾ ਉਹਨਾਂ ਨੇ ਅਗਲੀ ਲਾਈਨ 'ਚ ਕੀ ਕਹਿਣਾ ਉਹਨਾਂ ਨੇ ਫਿਰ ਹਿੱਕ ਦੇ ਜੋਰ ਨਾਲ ਗਾਉਣਾ ਬਹੁਤ ਜਾਨ ਚਾਹੀਦੀ ਹੈ ਮਾਨਕ ਸਾਹਿਬ ਨੇ ਜੋ ਗਾਇਆ ਜੀ ਉਹ ਲੋਕੀ ਕਦੇ ਪੁੱਲ ਨਹੀਂ ਸਕਦੇ ਬਿਲਕੁਲ ਉਹਨਾਂ ਦੀ ਆਵਾਜ਼ ਦੇ ਵਿੱਚ ਜਿਹੜੀ ਕشش ਸੀਗੀ ਹੂੰ ਜਿਹੜੀ ਦਮ ਸੀ ਆਵਾਜ਼ ਦੇ ਵਿੱਚ ਅੱਜ ਕੱਲ ਦੇ ਗਾਉਣ ਵਾਲਿਆਂ ਵਿੱਚ ਇਹਨਾਂ ਦਮ ਨਹੀਂ ਹੈਗਾ ਵੀ ਕੁਲਦੀਪ ਮਾਨਕ ਜੀ ਨੂੰ ਗਾ ਸਕਣ ਕੁਲਦੀਪ ਮਾਨਕ ਜੀ ਦੇ ਕਈ ਮੈਂ ਦੇਖਿਆ ਗਾਣੇ ਗਾਉਂਦੇ ਬੜੇ ਵੱਡੇ ਸਟਾਰ ਜਿਹੜੇ 35 35 40 40 ਲੱਖ ਰੁਪਏ ਲੈਂਦੇ ਕਈ ਵਾਰ ਇੱਕ ਦੋ ਲਾਈਨਾਂ ਗਾਉਂਦੇ ਆ ਤੇ ਉਹ ਆਪਣੇ ਸਟਾਈਲ 'ਚ ਗਾਉਂਦੇ ਆ ਤੇ ਮਾਨਕ ਸਾਹਿਬ ਨੂੰ ਗਾਉਣਾ ਬਹੁਤ ਔਖਾ ਹੈ ਬਿਲਕੁਲ ਮਾਨਕ ਸਾਹਿਬ ਨੂੰ ਉਹ ਹੀ ਗਾ ਸਕਦਾ ਜਨ ਮਾਂ ਦਾ ਦੁੱਧ ਪੀਤਾ ਹੋਵੇ ਸੱਚੀ ਗੱਲ ਹੈ ਮਾਨਕ ਸਾਹਿਬ ਵੀ ਕਹਿੰਦੇ ਹੁੰਦੇ ਸੀ ਵੀ ਜਦੋਂ ਮੈਂ ਮਿਰਜਾ ਗਾਉਣਾ ਨਾ ਵੀ ਮਿਰਜਾ ਉਹ ਹੀ ਗਾ ਸਕਦਾ ਜਦੋਂ ਜੇਨ ਮਾਂ ਦਾ ਦੁੱਧ ਪੀਤਾ ਹੋਵੇ ਮਰ ਜਾਊਗਾ ਸਕਦਾ ਇਹ ਮਾਨਕ ਸਾਹਿਬ ਕਹਿੰਦੇ ਸੀ ਹਾਂਜੀ ਅੱਛਾ ਤੁਸੀਂ ਤਾਂ ਮਾਨਕ ਸਾਹਿਬ ਦੇ ਨਾਲ ਇੰਨਾ ਟਾਈਮ ਬਤਾਇਆ ਕੋਈ ਖਾਸ ਯਾਦ ਹੈਗੀ ਜਿਹੜੀ ਤੁਹਾਨੂੰ ਬੜੇ ਯਾਦ ਆਉਂਦੀ ਹੈ ਕਿਦਾਂ ਦਾ ਸੁਭਾਅ ਸੀ ਉਹਨਾਂ ਦਾ ਮੈਨੂੰ ਕਦੇ-ਕਦੇ ਬੜਾ ਲੱਗਦਾ ਹੈ ਕਿ ਹਾਏ ਕਾਸ਼ ਮੈਂ ਸੁਦੇਂਦਰ ਕੌਰ ਹੋਣਾ ਦੇ ਇੰਟਰਵਿਊ ਕਰਦੀ ਮੈਂ ਮਾਨਕ ਸਾਹਿਬ ਦੀ ਕਰਦੀ ਹਣਾ ਮੇਰੇ ਨਾਲ ਬਹੁਤ ਸਾਰੀਆਂ ਯਾਦਾਂ ਆ ਜਦੋਂ ਪਹਿਲੀ ਵਾਰੀ ਸਾਡੇ ਪਿੰਡ ਗੌਣ ਆਏ ਤੇ 750 ਰੁਪਏ ਲਿਆ ਉਹਨਾਂ ਨੇ ਅੱਛਾ ਤੇ 50 ਰੁਪਏ ਉਹਨਾਂ ਨੇ ਗੁਰੂ ਘਰ ਚਾੜ ਦਿੱਤੇ ਤੇ 50 ਰੁਪਏ ਮੈਨੂੰ ਦੇ ਦਿੱਤੇ ਉਹਨਾਂ ਨੇ ਵਾ ਮੈਂ ਛੋਟਾ ਜਿਹਾ ਸੀਗਾ ਮੈਂ ਨਾ ਸਿੱਧਾ ਹੀ ਕਮਰੇ ਚ ਚਲ ਗਿਆ ਉਸਤਾਜ ਜੀ ਦੇ ਹਾਂ ਮੈਂ ਜਾਣਦਾ ਨਹੀਂ ਸੀਗਾ ਅੱਛਾ 78 ਦੀ ਗੱਲ ਆ ਓਕੇ ਤੇ ਗਰਮੀ ਬਹੁਤ ਸੀਗੀ ਛੇ ਹਾੜ ਨੂੰ ਸਾਡੇ ਪਿੰਡ ਮੇਲਾ ਲੱਗਦਾ ਸੀ ਪਿੰਡ ਵਿੱਚ ਤੇ ਮੈਂ ਜਾ ਕੇ ਦਰਵਾਜ਼ਾ ਖੜਕਾਇਆ ਢੋਲਕੀ ਵਾਲੇ ਇੱਕ ਬੈਠੇ ਸੀ ਬਾਹਰ ਕਹਿੰਦਾ ਹਾਂ ਵੀ ਕਾਕਾ ਮੈਂ ਕਹਿੰਦਾ ਮੈਂ ਮਾਨਕ ਸਾਹਿਬ ਨੂੰ ਮਿਲਣਾ ਕਹਿੰਦਾ ਤਾਂ ਕੀ ਕਹਿਣਾ ਮੈਂ ਕਹਾ ਮੈਂ ਗਾਣਾ ਗਾਉਣਾ ਉਹ ਜਦਾਂ ਕਮਾਲ ਦੀ ਕਰਿਆ ਐਨੇ ਕੰਫੀਡੈਂਸ ਵਾਲਾ ਬੱਚਾ ਕਹਿੰਦਾ ਹਾਂ ਮੈਂ ਸੀਗਾ 10 ਸਾਲ ਦਾ ਅੱਛਾ ਜੀ ਓਕੇ ਤੇ ਨਾ ਮੈਂ ਚਲ ਗਿਆ 10-11 ਸਾਲ ਦਾ ਹੂੰਗਾ ਮੈਂ ਚਲ ਗਿਆ ਉਸਤਾਦ ਜੀ ਦੇ ਕੋਲ ਤੇ ਉਸਤਾਦ ਜੀ ਨਾ ਤਿਆਰ ਹੁੰਦੇ ਪੱਗ ਬੰਨਦੇ ਸੀਗੇ ਅੱਛਾ ਕਹਿੰਦੇ ਹਾਂ ਵੀ ਕਾਕਾ ਮੈਂ ਕਹਾਂ ਜੀ ਮੈਂ ਗਾਣਾ ਗਾਉਣਾ ਹੂੰ ਤੇ ਕਹਿੰਦੇ ਕੀ ਗਾਉਣਾ ਤਾਂ ਮੈਂ ਕਹਾਂ ਜੀ ਮੈਂ ਤੁਹਾਡਾ ਹੀ ਗਾਣਾ ਗਾਉਣਾ ਤੇ ਕਹਿੰਦੇ ਕਮਾਲ ਦੀ ਗੱਲ ਐ ਤੇ ਕਹਿੰਦਾ ਮੈਂ ਕੀ ਗਾਉਂਗਾ ਮੈਂ ਕਹਾਂ ਤੁਸੀਂ ਹੋਰ ਗਾ ਲਿਓ ਜੀ ਹੂੰ ਬੜੇ ਹੱਸੇ ਉਸਤਾਦ ਜੀ ਕਹਿੰਦੇ ਅੱਛਾ ਕਹਿੰਦੇ ਜਾ ਲਵੇ ਹੁਣ ਇਦਾਂ ਕਰੀ ਪੁੱਤ ਮੈਂ ਕਹਾਂ ਹਾਂ ਜੀ ਕਹਿੰਦੇ ਵੀ ਜਦੋਂ ਮੈਂ ਸਟੇਜ ਤੇ ਜਾਣਾ ਨਾ ਪਹਿਲਾਂ ਤੈਨੂੰ ਗਾਉਣਾ ਅੱਛਾ ਮੈਂ ਕਹਾਂ ਠੀਕ ਹੈ ਜੀ ਓਕੇ ਦੇਖੋ ਜੀ ਬਹੁਤ 20 25 ਹਜ਼ਾਰ ਦਾ ਇਕੱਠ ਸੀਗਾ ਜੀ ਉਹਦੇ ਵਿੱਚ ਇੰਨੇ ਕੌਨਫੀਡੈਂਸ ਦੇ ਨਾਲ ਮੈਂ ਗਾਣਾ ਗਾਇਆ ਤੁਹਾਡੀ 10 ਸਾਲ ਦੀ ਉਮਰ ਹੈ ਹਾਂਜੀ ਤੇ ਮੈਂ ਮਾਨਕ ਸਾਹਿਬ ਦਾ ਗਾਣਾ ਗਾਇਆ ਤੇ ਮੈਂ ਤੁਹਾਨੂੰ ਸੁਣਾ ਰਿਹਾ ਜੀ ਜ਼ਰੂਰ ਜ਼ਰੂਰ ਹੱਤ ਖਾ ਚੱਲਦਾ ਸੀਸ ਉੱਤੇ ਆਰਾ ਮੁੱਖੋ ਸਤਨਾ ਮੋਰਦਾ ਪਾਈ ਮਤੀ ਦਾਸ ਗੁਰੂ ਦਾ ਪਿਆਰਾ ਮੁੱਖੋ ਸਤਨਾਮ ਉਹਨ ਦਾ ਆਰਾ ਕਰਦਾ ਦੋ ਫਾੜ ਹੈ ਸਰੀਰ ਨੂੰ ਲੋਕੀ ਵੇਖ ਕੇ ਵਗਾਉਂਦੇ ਅੱਖੋਂ ਨੀਰ ਨੂੰ ਡੋਲ ਗਿਆ ਸੀ ਮੁਗਲ ਹਤਿਆਰਾ ਮੁੱਖੋ ਸਤਨਾਮ ਬੋਲਦਾ ਬਾਈ ਮਤੀ ਦਾਸ ਗੁਰੂ ਦਾ ਪਿਆਰਾ ਉਹ ਮੁੱਖੋ ਸਤਨਾਮ ਬੋਲਦਾ ਵਾ 10 ਸਾਲ ਦੀ ਉਮਰ 'ਚ ਤੁਸੀਂ ਇੱਕ ਧਾਰਮਿਕ ਗੀਤ ਦੇ ਨਾਲ ਮਾਰ ਸਾਬ ਦਾ ਹਾਂ ਜਦੋਂ ਮੈਂ ਗੀਤ ਗਾਇਆ ਤੇ ਉਸਤਾਦ ਜੀ ਨੇ ਮੈਨੂੰ 50 ਰੁਪਏ ਦਿੱਤੇ ਹਾਂ ਤੇ ਨਾਲੇ ਥਾਪ ਹੀ ਦਿੱਤੀ ਅੱਛਾ ਵੀ ਹੁਣ ਤੂੰ ਸਾਡੇ ਨਾਲ ਜਾਣਾ ਹਾਂ ਹਾਂ ਉੱਥੇ ਮੈਨੂੰ ਕਹਿ ਗਿਆ ਫਿਰ ਮੈਂ ਉਹਨਾਂ ਦੇ ਨਾਲ ਰਿਹਾ ਜੀ 9 ਸਾਲ ਕੀ ਬਾਤ ਹੈ ਅੱਛਾ ਆਉਣ ਵਾਲੇ ਪ੍ਰੋਜੈਕਟ ਤੁਹਾਡੇ ਹਾਂਜੀ ਮੇਰਾ ਆਉਣ ਵਾਲੇ ਥੋੜੇ ਦਿਨਾਂ ਵਿੱਚ ਆ ਰਿਹਾ ਗਾਣਾ ਜੀ ਮੱਖਣ ਲੋਹਾਰ ਸਾਹਿਬ ਦਾ ਉਹਨਾਂ ਨੇ ਪਹਿਲਾਂ ਵੀ ਗੀਤ ਮਗਾਏ ਆ ਸ਼ਾਹਾਂ ਦੀ ਕੁੜੀਏ ਗਰੀਬ ਦਿੱਤਾ ਮਾਰਨੀ ਯੂਐਸਏ ਤੋਂ ਮੱਖਣ ਲੋਹਾਰ ਸਾਹਿਬ ਜੀ ਤੇ ਉਹਨਾਂ ਦਾ ਨਵਾਂ ਗਾਣਾ ਆ ਰਿਹਾ ਐ ਸਲੂਟ ਹੂੰ ਐ ਉਹਦਾ ਵੀਡੀਓ ਵੀ ਰੈਡੀ ਹੈ ਹੂੰ ਤੇ ਬਿਲਕੁਲ ਰੈਡੀ ਟੂ ਗੋ ਆ ਐਸੀ ਨਵੇਂ ਸਾਲ ਦੇ ਵਿੱਚ ਗਾਣਾ ਕਰ ਰਹੇ ਆ ਫਿਰ ਇੰਗਲੈਂਡ ਦੇ ਬਹੁਤ ਹੋਰ ਵੱਡੇ ਵੱਡੇ 뮤직 ਡਾਇਰੈਕਟਰ ਜੀ ਉਹਨਾਂ ਨਾਲ ਮੇਰੇ ਗਾਣੇ ਆ ਰਹੇ ਆ ਕੁਝ ਟਾਈਮ ਦੇ ਲਈ ਸੁਖਵਿੰਦਰ ਪੰਚੀ ਹੁਣਾਂ ਦੀ ਉਡਾਰੀ ਥੋੜੀ ਜੀ ਠੰਡੀ ਪਈ ਹਾਂਜੀ ਕਾਰਨ ਉਹ ਮੈਂ ਫਿਰ ਅਮਰੀਕਾ ਚਲ ਗਿਆ ਸੀਗਾ ਜੀ ਅੱਛਾ ਤੇ ਮੈਂ 9-10 ਸਾਲ ਮਰਕਰਿਆ ਤੇ ਮੈਂ ਫਿਰ ਉੱਥੇ ਪ੍ਰੋਗਰਾਮ ਜੇ ਲਾਈ ਗਿਆ ਆਪਣੇ ਪ੍ਰੋਗਰਾਮ ਕਾਫੀ ਮੈਨੂੰ ਲੱਗੀ ਗਏ ਹੂੰ ਤੇ ਮੈਂ ਆਉਂਦਾ ਜਾਂਦਾ ਰਹਿੰਦਾ ਸੀਗਾ ਵਿੱਚ ਫਿਰ ਮੈਂ ਗਾਣੇ ਵਾਲ ਬਾਲਾ ਧਿਆਨ ਨਹੀਂ ਦਿੱਤਾ ਮੈਂ ਕਿਹਾ ਚਲੋ ਗਾਣੇ ਹੋਈ ਆ ਹੂੰ ਉਹ ਫਿਰ ਮਨ ਲੱਗਿਆ ਮੈਂ ਤਾਂ ਗੈਪ ਪੈ ਗਿਆ ਤੇ ਹੁਣ ਮੈਂ ਫੇਰ ਦੁਬਾਰੇ ਰੀਸਟਾਰਟ ਕੀਤਾ ਕਿਉਂਕਿ ਜਿੱਦਾਂ ਦਾ ਟਾਈਮ ਆ ਨਾ ਫਟਾਫਟ ਕੁਝ ਚਾਹੀਦਾ ਤੁਹਾਨੂੰ ਆਡੀਅנס ਦੇ ਵਿੱਚ ਪੇਸ਼ੈਂਸ ਨਹੀਂ ਰਹਿ ਉਹਨਾਂ ਨੂੰ ਸਾਰਾ ਕੁਝ ਚਾਹੀਦਾ ਅਗਲਾ ਕੀ ਆ ਥੋੜੇ ਦਿਨ ਤੁਹਾਡਾ ਕੁਝ ਮਾਰਕੀਟ ਦੇ ਵਿੱਚ ਨਹੀਂ ਆ ਰਿਹਾ ਤੁਸੀਂ ਸੁਰਖੀਆਂ ਦੇ ਵਿੱਚ ਨਹੀਂ ਰਹੇ ਤੁਹਾਡੀ ਜਗ੍ਹਾ ਲੈਣ ਨੂੰ ਰਾਤੋਂ ਰਾਤ ਲਾਈਨ ਲੱਗੀ ਪਈ ਆ ਹਾਂਜੀ ਹੁਣ ਮੈਂ ਲਗਾਤਾਰ ਗਾਣੇ ਕਰ ਰਹੇ ਆ ਜੋਰਾ ਲਸਾੜਾ ਜੀ ਉਹਦਾ ਗਾਣਾ ਬਿਲਕੁਲ ਰੈਡੀ ਆ ਜੀ ਐ ਮੈਂਟੂ ਤੱਲੇ ਵਾਲਾ ਹਰਜੀਤ ਸਿੰਘ ਮੈਂਟੂ ਯੂ ਐਸ ਏ ਉਹਦਾ ਵੀ ਗਾਣਾ ਰੈਡੀ ਆ ਔਰ ਪਿੱਛੇ ਪੰਗਣ ਸਿੰਘ ਧਾਮੀ ਸਾਡੇ ਯੂ ਐਸ ਏ ਰਹਿੰਦੇ ਉਹਨਾਂ ਦਾ ਗਾਣਾ ਰੱਬ ਦਾ ਨਾਮ ਧਾਰਮਿਕ ਰੀਲੀਜ਼ ਕੀਤਾ ਗੁਰਦੈਲ ਸੰਧੂ ਜੀ ਉਹਨਾਂ ਦਾ ਮੌਦਮ ਸਿੰਘ ਰੀਲੀਜ਼ ਕੀਤਾ ਯਾਰੀਆਂ ਜੋਰਾ ਲਸਾੜਾ ਜੀ ਦਾ ਪਹਿਲਾਂ ਰੀਲੀਜ਼ ਕੀਤਾ ਤੇ ਹੋਰ ਮੇਰੇ ਕਾਫੀ ਜਿਹੜੇ ਗਾਣੇ ਆ ਉਹ ਆਈ ਜਾਂਦੇ ਆ ਤੇ ਹੁਣ ਮੈਂ ਲੜੀਵਾਰ ਕਾਫੀ ਗਾਣੇ ਜਿਹੜੇ ਰੀਲੀਜ਼ ਕਰਨੇ ਆ ਤੁਡੀ ਕਾਫੀ ਬੁਲੰਦ ਆਵਾਜ਼ ਹੈ ਫਿਲਮਾਂ ਦੇ ਵਿੱਚ ਨਹੀਂ ਤੁਸੀਂ ਕਦੇ ਟਰਾਈ ਮੈਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਗਾਣੇ ਗਾਏ ਆ ਅੱਛਾ ਮੈਨੂੰ ਨਹੀਂ ਪਤਾ ਦੇਖ ਲਓ ਮੈਂ ਕਿੰਨੀ ਕੱਚੀ ਤਿਆਰੀ ਦੇ ਨਾਲ ਆਈ ਆ ਠੀਕ ਹੈ ਜੀ ਤੇ ਫਿਲਮ ਹੈਗੀ ਆ ਜੀ ਜੱਟ ਪੰਜਾਬ ਦਾ ਜੋਗਰਾਜ ਭਾਜੀ ਦੀ ਉਹਦੇ ਵਿੱਚ ਮੇਰਾ ਗਾਣਾ ਅੱਛਾ ਸਾਡੀ ਫਿਲਮ ਕਬਜਾ ਜਿਹਦੇ ਵਿੱਚ ਮੇਰੇ ਮਿਸੇਜ ਰਜਿੰਦਰ ਰੂਬੀ ਜੀ ਐਜ਼ ਅ ਹੀਰੋਨ ਹਮ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਫਿਲਮਾਂ 'ਚ ਕੰਮ ਕੀਤਾ ਦਿਲ ਦਾ ਮਾਮਲਾ ਰੰਗਲਾ ਪੰਜਾਬ ਸਤ ਪੱਖੇ ਅਰਬਦਾਸ ਕਬਜਾ ਫਿਲਮ 'ਚ ਐਜ਼ ਅ ਹੀਰੋਨ ਗੁੱਗੂ ਗੱਲ ਭਾਜੀ ਦੇ ਨਾਲ ਦਿਲ ਦਾ ਮਾਮਲਾ ਹਮ ਔਰ ਮੈਂ ਰੂਬੀ ਜੀ ਕਿਉਂਕਿ ਮੈਂ ਘਰੇ ਵੀ ਜਾਣਾ ਨਾ ਪਰ ਰੂਬੀ ਜੀ ਦੀ ਬਹੁਤ ਅੱਛੀ سپورਟ ਹੈ ਮੇਰੇ ਨਾਲ ਮੇਰੇ ਬੱਚਿਆਂ ਦੀ ਮੇਰੇ ਪਰਿਵਾਰ ਦੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਜਿਉਂਦੇ ਰਹਿਣ ਬਸਦੇ ਰਹਿਣ ਤੇ ਮੈਂ ਬਹੁਤ ਸਾਰੀਆਂ ਫਿਲਮ ਹੈਗੀ ਆ ਨੈਣ ਪ੍ਰੀਤੋ ਦੇ ਫਿਲਮ ਹੈਗੀ ਆ ਦੁੱਲਾ ਪੱਟੀ ਹੈਗੀ ਆ ਹੋਰ ਬਹੁਤ ਸਾਰੀਆਂ ਫਿਲਮਾਂ ਹੈਗੀਆਂ ਸ਼ੈਤਾਨਾਂ ਕਿਉਂਕਿ ਐਜ਼ ਅ ਪਲੇ ਬੈਕ ਸਿੰਗਰ ਤੁਹਾਨੂੰ ਉਹਨਾਂ ਦਾ ਨਾਮ ਨਹੀਂ ਮਿਲਦਾ ਜਿੰਨਾ ਇੱਕ ਸਿੰਗਲ ਟਰੈਕ ਦੇ ਨਾਲ ਜਾਂ ਤਾਂ ਆਪਣੀ ਕਿਸੇ ਹੋਰ ਜਿੰਨਾ ਮੇਰੇ ਆਪਣੇ ਗਾਣੇ ਤੋਂ ਮਿਲਦਾ ਜਾਂ ਆਪਣੀ ਗਾਇਕੀ ਤੋਂ ਮੈਨੂੰ ਮਾਣ ਮਿਲਦਾ ਉਹਨਾਂ ਫਿਲਮਾਂ ਚ ਚਲੋ ਗਾਣਾ ਜਿਹੜਾ ਸੁਣੂਗਾ ਉਹ ਜਿਹੜਾ ਫਿਲਮ ਦੇਖੂ ਉਹ ਹੀ ਸਾਡਾ ਗਾਣਾ ਸੁਣੂਗਾ ਤੇ ਇਸ ਕਰਕੇ ਮੈਂ ਧੰਨਵਾਦ ਕਰਦਾ ਹੁਣ ਆਉਣ ਵਾਲੀਆਂ ਨਵੀਆਂ ਪੰਜਾਬੀ ਫਿਲਮਾਂ ਚ ਮੇਰੇ ਗਾਣੇ ਵੀ ਆ ਰਹੇ ਆ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਮੈਂ ਨਵੀਆਂ ਫਿਲਮਾਂ 'ਚ ਕੰਮ ਵੀ ਕਰ ਰਿਹਾ ਹਾਂ ਤੁਸੀਂ ਕਹਾਂ ਮੈਂ ਘਰੇ ਵੀ ਜਾਣਾ ਹਾਂਜੀ ਸੋ ਬਿਲਕੁਲ ਇਹ ਤਾਂ ਜੋ ਵੀ ਹੈ ਬੇਕਰੇ ਤਾਂ ਅਸਲੀ ਕੋਟ ਉਹੀ ਹੁੰਦੇ ਨੇ ਜਿੱਥੇ ਜਿੱਥੇ ਪੇਸ਼ਾਣੇ ਮਾਲਕ ਹੁੰਦੇ ਜਿੱਥੇ ਪੇਸ਼ ਹੀ ਹੋੜੀ ਹੁੰਦੀ ਹੈ ਅੱਛਾ ਮੈਨੂੰ ਜਿੱਥੇ ਬਿਲਕੁਲ ਉਹ ਤਾਂ ਸੱਚਮੁੱਚ ਪੇਸ਼ ਹੀ ਕਰਦੇ ਉਹ ਤੁਹਾਡੀ ਨਹੀਂ ਹੁੰਦੀ ਹੁੰਦੀ ਸਾਡੇ ਖੜਕਦੇ ਰਹਿੰਦੀ ਆ ਜੀ ਡੈੜੀ ਚਾਰ ਪੰਜ ਵਾਰੀ ਤਾਂ ਲੜਦੇ ਸੀ ਅੱਪ ਪਰ ਗੱਲ ਇਹ ਤਾਂ ਵੀ ਨਾਲ ਹੀ ਕੰਪਰੋਮਾਈਜ਼ ਕਰ ਲਿਆ ਅੱਛਾ ਇਹ ਗੱਲ ਜ਼ਰੂਰ ਹੈ ਜਦੋਂ ਮਤਲਬ ਕਿ ਹਨਾ ਮੰਮੀ ਡੈਡੀ ਨੂੰ ਬੱਚੇ ਲੜਦੇ ਆ ਦੇਖਦੇ ਆ ਉਹ ਛੋਟੇ ਹੁੰਦੇ ਆ ਤੇ ਉਹਨਾਂ ਨੂੰ ਟੈਨਸ਼ਨ ਹੁੰਦੀ ਮੰਮੀ ਡੈਡੀ ਲੜ ਪਏ ਫਿਰ ਇੱਕ ਸਟੇਜ ਬੱਚਿਆਂ ਦੀ ਵੀ ਇਦਾਂ ਦੀ ਆ ਜਾਂਦੀ ਆ ਤਾਂ ਲੜਦੇ ਹੀ ਰਹਿੰਦੇ ਝੰਡੋ ਪਰਾਂ ਹੁਣੇ ਉਹਨਾਂ ਨੂੰ ਛੱਡ ਕੇ ਜਾਂਦੇ ਆ ਮੰਮੀ ਡੈਡੀ ਨੂੰ ਲੜਿਓ ਹੁੰਦੇ ਆ ਦੁਬਾਰਾ ਉਹਨੇ ਫੇਸਵਲਾ ਹੋਈ ਹੁੰਦੀ ਆ ਦੁਬਾਰਾ ਉਹਨੇ ਫੇ ਲੜਦੇ ਫਿਰ ਨਿਆਣੇ ਦਾ ਇੰਟਰਸਟ ਮੁੱਕ ਜਾਂਦਾ ਮੰਮੀ ਡੈਡੀ ਦੀ ਲੜੀ ਸਾਡਾ ਵੀ ਸੇਮ ਹੀ ਹਰ ਕਰਦੀ ਸਟੋਰੀ ਹੁੰਦੀ ਆ ਔਰ ਮਹਾਤਮਾ ਇਦਾਂ ਦੀ ਸਭ ਦਾ ਪਿਆਰ ਬਣਾਈ ਰੱਖੀ ਬਿਲਕੁਲ ਮੇਰੀ ਇਹ ਦੁਆयां ਗੱਲਾਂ ਬਾਤਾਂ ਬਹੁਤ ਵਧੀਆ ਚੱਲ ਰਹੀਆਂ ਨੇ ਟਾਈਮ ਥੋੜਾ ਘਟਾ ਔਰ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਚਾਣ ਦੇ ਲਈ। ਆਪਣੇ ਦਰਸ਼ਕਾਂ ਤੋਂ ਵੀ ਮੈਂ ਬਰਨ ਕੋਰ ਮਾਨ ਅਲਵਿਦਾ ਲੈ ਰਹੀ ਹਾਂ ਔਰ ਸਾਡਾ YouTube ਚੈਨਲ ਪੰਜਾਬ ਮੇਲ USATV ਜ਼ਰੂਰ ਸਬਸਕ੍ਰਾਈਬ ਕਰੋ। ਸਾਰਾ ਕੁਝ ਮੈਂ ਕਹਿ ਦਿੱਤਾ ਫਾਰਮੈਲਿਟੀ ਹੋ ਗਈ ਪੂਰੀ ਪਰ ਜਾਣਦੇ-ਜਾਣਦੇ ਤੁਹਾਡਾ ਗਾਣਾ ਜ਼ਰੂਰ ਸੁਣ ਕੇ ਜਾਣਾ ਕਿਉਂਕਿ ਪ੍ਰੋਗਰਾਮ ਦੀ ਸ਼ੁਰੂਆਤ ਵੀ ਤੁਹਾਡੇ ਗਾਣੇ ਨਾਲ ਹੋਈ ਸੀ ਤੇ ਪ੍ਰੋਗਰਾਮ ਦਾ ਅੰਤ ਵੀ ਮੈਂ ਤੁਹਾਡੇ ਗਾਣੇ ਨਾਲ ਹੀ ਕਰਾਉਣਾ। ਬਰਨ ਕੋਰ ਜੀ ਮੈਂ ਤੁਹਾਡਾ ਤੁਹਾਡੇ ਸਾਰੇ ਸਟਾਫ ਦਾ ਫਿਰ ਧੰਨਵਾਦ ਕਰਦਾ ਹਾਂ ਔਰ ਗੁਰਚਤੰਦਰ ਰੰਦਾਵਾ ਮੇਰੇ ਭਾਜੀ ਮੈਂ ਉਹਨਾਂ ਦਾ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਉਗਣੀ ਸਭ ਨੂੰ ਤਰੱਕੀ ਬਖਸ਼ੇ ਸ਼ੁਕਰੀਆ ਜੀ ਨਾ ਲਾਸਟ ਗੀਤ ਤੁਹਾਡੀ ਸੇਵਾ ਦੇ ਚੋਂ ਪੇਸ਼ ਕਰਾਂ ਮੱਖਣ ਲੋਹਾਰ ਸਾਹਿਬ ਦੀ ਕਲਮ ਤੋਂ ਲਿਖਿਆ ਗੀਤ ਹੈ ਗੀਤ ਦੇ ਬੋਲ ਆ ਉਹ ਚਾਬੀ ਇਹ ਸੰਦੂਕ ਦੀ ਏ ਗੋਲੀ ਇਹ ਬੰਦੂਕ ਦੀ ਏ ਚਾਬੀ ਇਹ ਸੰਦੂਕ ਦੀ ਏ ਗੋਲੀ ਇਹ ਬੰਦੂਕ ਦੀ ਏ ਵੱਜ ਕੇ ਯਾਰਾਂ ਦੇ ਸੀਨੇ ਨਿਕਲੀ ਤੂੰ ਪਾਰਨੀ ਸ਼ਾਹਾਂ ਦੀ ਏ ਕੁੜੀਏ ਗਰੀਬ ਦਿੱਤਾ ਮਾਰਨੀ ਸ਼ਾਹਾਂ ਦੀ ਏ ਕੁੜੀਏ ਗਰੀਬ ਦਿੱਤਾ ਮਾਰਨੀ ਉਹ ਮੱਖਣ ਲੋਹਾਰਾਂ ਵਾਲੇ ਵਾਂਗੂ ਗਿਆ ਪੱਟਿਆ ਹੋ ਗਈ ਬਦਨਾਮੀ ਨਾਲੇ ਲੋਕਾਂ ਮੈਨੂੰ ਛੱਟਿਆ ਨੀ ਮੱਖਣ ਲੋਹਾਰਾਂ ਵਾਲੇ ਵਾਂਗੂ ਗਿਆ ਪੱਟਿਆ ਹੋ ਗਈ ਬਦਨਾਮੀ ਨਾਲ ਲੋਕਾਂ ਮੈਨੂੰ ਛੱਟਿਆ ਨੀ ਪੰਛੀ ਨੂੰ ਨਾ ਆਪਣੇ ਬੁਲਾਉਣ ਨੂੰ ਤਿਆਰ ਨੀ ਸ਼ਾਹਾਂ ਦੀ ਇਹ ਕੁੜੀਏ ਗਰੀਬ ਦਿੱਤਾ ਮਾਰਨੀ ਸ਼ਾਹਾਂ ਦੀ ਇਹ ਕੁੜੀਏ ਗਰੀਬ ਦਿੱਤਾ ਮਾਰਨੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਡੇ ਦਾਸ਼ਕਾਂ ਦਾ ਵੀ ਧੰਨਵਾਦ